ਪੰਜਾਬ ਮੀਲ ਯੂਐਸਸੀ ਟੀਵੀ ਚੈਨਲ ਦੇ ਪਿਆਰੇ ਦਰਸ਼ਕੋ ਨਿੱਗੀ ਜਿਆਨੂ ਮੈਂ ਹਾਂ ਮਲਕਾਰ ਸਿੰਘ ਤੇ ਪੇਸ਼ ਕਰ ਰਿਹਾ ਹਾਂ ਪੰਜਾਬੋਂ ਕਿਸ ਵਿੱਚ ਉਹ ਮਾਮਲੇ ਜੋ ਬਿਲਕੁਲ ਪੰਜਾਬ ਨਾਲ ਸਬੰਧਤ ਨੇ ਔਰ ਦਸਾ ਪ੍ਰਦੇਸ਼ਾਂ ਨਾਲ ਵੀ ਸਬੰਧਤ ਨੇ ਉਹ ਮਸਲੇ ਕੁਝ ਇਸ ਤਰ੍ਹਾਂ ਨੇ ਜਿਹੜੇ ਬਿਲਕੁਲ ਪੱਕੇ ਹੋਏ ਨੇ ਉਹਨਾਂ ਵਿੱਚੋਂ ਮੈਂ ਤੁਹਾਨੂੰ ਕੁਝ ਗਣਾ ਵੀ ਦੇਣਾ ਕਿ ਜਿਵੇਂ ਅੱਜ ਜਲੰਧਰ ਪੱਛਮੀ ਜਿਮਨੀ ਚੋਣਾ ਲਈ ਵੋਟਾਂ ਸ਼ੁਰੂ ਹੋ ਰਹੀਆਂ ਨੇ ਤੇ ਸੁਰੱਖਿਆ ਦੇ ਬੜੇ ਕਰੜੇ ਪ੍ਰਬੰਧ ਨੇ ਤੇ ਦੂਸਰਾ ਹੈਗਾ ਕਿ ਕੀ ਪੰਜਾਬ ਮੰਤਰੀ ਮੰਡਲ ਵਿੱਚ ਰਦੋਬਦਲ ਹੋਣਾ ਲਾਜ਼ਮੀ ਹੈ ਜਾਂ ਆਪ ਪਾਰਟੀ ਦਾ ਪੁਨਰਗਠਨ ਹੋਵੇਗਾ ਤੀਸਰਾ ਹੈ ਸ਼ਰਾਬ ਘਟਾਲੇ ਮਾਮਲੇ 'ਚ ਅਦਾਲਤ ਵੱਲੋਂ ਕੇਜਰੀਵਾਲ ਨੂੰ ਮੋੜ ਸੱਮਣ ਔਰ ਜੰਗ ਦੇ ਮੈਦਾਨ 'ਚੋਂ ਸ਼ਾਂਤੀ ਦਾ ਰਸਤਾ ਨਹੀਂ ਨਿਕਲਦਾ რუსੀ ਰਾਸ਼ਟਰਪਤੀ ਨੂੰ ਦਿੱਤੀ ਸਲਾਹ ਨਰਿੰਦਰ ਮੋਦੀ ਕੇਂਦਰੀ ਸਰਕਾਰ ਨੇ 6 ਫਾਰ ਜਸਟਿਸ ਤੇ ਪਾਬੰਦੀ 5 ਸਾਲ ਹੋਰ ਵਧਾਈ ਔਰ ਅਜਾਈ ਨਹੀਂ ਜਾਵੇਗੀ ਕਟੂਆ ਚ ਫੌਜੀਆਂ ਦੀ ਸ਼ਹਾਦਤ 파ਰਦ ਦਾ ਸੰਦੇਸ਼ ਅੰਗਰੇਂਡ ਦੇ ਪ੍ਰਧਾਨ ਮੰਤਰੀ ਕੀ ਸਟਾਮਰ ਨੇ ਸ਼ਰਨਾਰਥੀਆਂ ਨੂੰ ਰਵਾਡਾ ਪੇਜੰਟ ਦੀ ਯੋਜਨਾ ਕੀਤੀ ਰੱਦ ਔਰ ਜਿਸ ਤਰ੍ਹਾਂ ਸੀ ਵਨ ਬਾਈ ਵਨ ਤੁਹਾਡੇ ਨਾਲ ਇਹਨਾਂ ਤੇ ਸਾਂਝ ਪਾਵਾਂਗੇ ਤੇ ਮੇਰਾ ਖਿਆਲ ਹੈ ਕਿ ਅੱਜ ਜਿਹੜਾ ਬਿਲਕੁਲ ਹੀ ਤਰੋ ਤਾਜ਼ਾ ਮਾਮਲਾ ਹੈ ਉਹ ਹੈ ਜਲੰਧਰ ਪਸ਼ਮੀ ਜਿਹੜਾ ਅੱਜ ਕੱਲ੍ਹ ਜਿਮਨੀ ਚੋਣਾ ਹੋ ਰਹੀਆਂ ਨੇ ਜਲੰਧਰ ਪਸ਼ਮੀ ਵਿੱਚ ਔਰ ਇਹਦੇ ਵਿੱਚ 181 ਬੂਥ ਬਣਾਇਆ ਗਿਆ ਔਰ ਉਹਨਾਂ ਬੂਥਾਂ ਤੇ ਵੀ ਬੜਾ ਸਖਤ ਕੰਟਰੋਲ ਹੈ ਔਰ ਜਿਹਦੇ ਵਿੱਚ ਡੀਸੀ ਸਾਹਿਬ ਖੁਦ ਆਪ ਉੱਥੇ ਆਇਆ ਨੇ ਚੌਂਕ ਕਮਿਸ਼ਨਰ ਜਿਹੜੇ ਨੇ ਜਲੰਧਰ ਦੇ ਉਹਨਾਂ ਨੇ ਵੀ ਉੱਥੇ ਆ ਕੇ ਸਾਰੀ ਦੇਖਰੇ ਕੀਤੀ ਹੈ ਔਰ ਇਹਦੇ ਵਿੱਚ ਕੋਈ ਘੱਟੋ ਘੱਟ 2 ਲੱਖ VOTER ਹਿੱਸਾ ਲੈ ਰਹੇ ਆ ਵੋਟਾਂ ਪਾ ਰਹੇ ਆ ਔਰ ਇਹਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਇਹਦੇ ਵਿੱਚ 15 ਜਿਹੜੇ ਉਮੀਦਵਾਰ ਇਸ ਮੈਦਾਨ ਵਿੱਚ ਨੇ ਔਰ ਸਖਤ ਟੱਕਰ ਆ ਜਿਹੜਾ ਹੈਗਾ BJP ਕਾਂਗਰਸ ਤੇ ਆਪ ਆਪ ਦਾ ਵੀ ਹੈ ਔਰ ਆਪ ਦੇ ਜਿਹੜੇ ਉਮੀਦਵਾਰ ਨੇ ਮਹਿੰਦਰ ਪਖਤ ਜੀ ਨੇ ਔਰ ਉਹ ਪਹਿਲਾਂ ਬੀਜੇਪੀ ਸੀਗਾ ਔਰ ਉਸ ਤੋਂ ਬਾਅਦ ਆਪ ਵਿੱਚ ਆ ਗਏ ਔਰ ਕਾਂਗਰਸ ਦੇ ਸ਼੍ਰੀਮਤੀ ਸਰਿੰਦਰ ਕੌਰ ਜੀ ਨੇ ਔਰ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਬੀਜੇਪੀ ਵੱਲੋਂ ਸੀਤਲ ਅੰਗਰਾਲ ਜੀ ਔਰ ਸਾਰੇ ਦਰਸ਼ਕਾਂ ਨੂੰ ਪਤਾ ਹੋਵੇਗਾ ਕਿ ਇਹ ਜਲੰਧਰ ਦੀ ਜਿਹੜੀ ਜਿਮਨੀ ਚੋਣ ਇਸ ਕਰਕੇ ਹੋ ਰਹੀ ਆ ਸੀਤਲ ਅੰਗਰਾਲ ਜੀ ਨੇ ਅਸੀਫਾ ਦੇ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਅਸਤੀਫਾ ਦੇਣ ਤੋਂ ਬਾਅਦ ਉਹ ਭਾਜਪਾ ਵਿੱਚ ਚਲੇ ਗਏ ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਪੀਕਰ ਵਿਧਾਨ ਸਭਾ ਦੇ ਕੋਲ ਗਏ ਸਿੰਧਾ ਜੀ ਕੋਲ ਔਰ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਮੈਂ ਮੁੜ ਦੁਬਾਰਾ ਇਸ ਅਸਤੀਫੇ ਨੂੰ ਲੈਣਾ ਚਾਹੁੰਦਾ ਹਾਂ ਤੇ ਤੁਸੀਂ ਮੈਨੂੰ ਫਿਰ ਇਹਦੇ ਤੇ ਇਹਨੂੰ ਅਸਤੀਫਾ ਮਨਜ਼ੂਰ ਨਾ ਕਰਿਓ ਉਹਨਾਂ ਨੇ ਕਿਹਾ ਮਨਜ਼ੂਰ ਹੋ ਗਿਆ ਵਾ ਤੁਸੀਂ ਹੁਣ ਇਸ ਤੋਂ ਜਿਹੜਾ ਹੈ ਇਸ ਪਾਰਟੀ 'ਚ ਨਹੀਂ ਰਹੋਗੇ ਫਿਰ ਇਸ ਤੋਂ ਬਾਅਦ ਉਹਨਾਂ ਨੇ ਇਹ ਪਾਰਟੀ ਤਾਂ ਬਦਲੀ ਬਦਲੀ ਸੀ ਫਿਰ ਇਹ ਚੋਣਾਂ ਦਾ ਐਲਾਨ ਹੋ ਗਿਆ ਔਰ ਚੁਣਾ اعلان ਹੋਣ ਦਾ ਮਤਲਬ ਵੀ ਹੈਗਾ ਕਿ ਪੰਜਾਬ ਦਾ ਬੇਮੁਹਰ ਖਰਚਾ ਹੋ ਰਿਹਾ ਔਰ ਉਹਦੇ ਵਿੱਚ ਅੱਗੇ ਬਜਟ ਜਿਹੜਾ ਹੈਗਾ ਜਿਹੜੀ ਪੰਜਾਬ ਸਰਕਾਰ ਮੌਜੂਦਾ ਹੈਗਾ ਇਹਨਾਂ ਕੋਈ ਇਹਨਾਂ ਦਾ ਬਜਟ ਨਹੀਂ ਹੈ ਔਰ ਇਹ ਪਹਿਲਾਂ ਹੀ ਕਰਜ਼ੇ ਦੀ ਪੰਡ ਥੱਲੇ ਆਈ ਪਈ ਆ ਔਰ ਇਹਦੇ ਵਿੱਚ ਪਹਿਲਾਂ 18000 ਕਰੋੜ ਦਾ ਫਿਰ 12000 ਕਰੋੜ ਦਾ ਲਿਆ ਔਰ ਇਹਦੇ ਵਿੱਚ ਕਈ ਸਹੂਲਤਾਂ ਅਜੇ ਉਸੇ ਉਥੇ ਨਹੀਂ ਉਥੇ ਪਈਆਂ ਰਹੀਆਂ ਨੇ ਔਰ ਮੇਰਾ ਖਿਆਲ ਹੈ ਕਿ ਇਹ ਹੁਣ ਇਸ ਤੋਂ ਬਾਅਦ ਇਹ ਪਹਿਲੀ ਚੋਣਾ ਔਰ ਪੂਰੇ ਪੰਜਾਬ ਦੀਆਂ ਨਜ਼ਰਾਂ ਨਹੀਂ ਪੂਰੇ ਬਾਦਲ ਦੇ ਛਾਂਤ ਵਿੱਚ ਲੋਕਾਂ ਦੀਆਂ ਨਜ਼ਰਾਂ ਨੇ ਔਰ ਸਾਡੇ ਐਨਆਰਆਈ ਵੀ ਵੀਰ ਵੇਖ ਰਹੇ ਨੇ ਔਰ ਜੇ ਜਲੰਧਰ ਦੇ ਵਿੱਚ ਜਿਹੜੇ ਜੇ ਆਪ ਸਰਕਾਰ ਦਾ ਉਮੀਦਵਾਰ ਮਹਿੰਦਰ ਪਗਤ ਜੀ ਨਾ ਜਿੱਤੇ ਤੇ ਇਹਨਾਂ ਨੂੰ ਉਸ ਤੋਂ ਬਾਅਦ 2027 ਤੋਂ ਬਾਅਦ ਵੀ ਆਪਣੀ ਜਿਹੜੀ ਹੈ ਇਸ ਹੋਣ ਤੋਂ ਹੱਤ ਹੋਣੇ ਪੈਣਗੇ ਔਰ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਸੀ 13 ਦੀਆਂ 13 ਹੀ ਲੈ ਲਾਂਗੇ ਔਰ ਉਸ ਤੋਂ ਬਾਅਦ ਇਹਨਾਂ ਦੇ ਹੱਥ ਵਿੱਚ ਆਈਆਂ ਤਿੰਨ ਸੀਟਾਂ ਔਰ ਇਹ 013 ਦੇ ਆਪਣਾ ਕਬਜ਼ਾ ਜਮਾਣਾ ਚਾਹੁੰਦੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਥਿਤੀ ਡਾਵਾ ਡੋਲ ਹੈ ਔਰ ਇਸ ਸਥਿਤੀ ਨੂੰ ਸੰਭਲ ਲਈ ਇਸ ਸਾਰੀ ਸਥਿਤੀ ਨੂੰ ਸੰਭਾਲਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਥੇ ਢੇਰੇ ਲਾਏ ਜਲੰਧਰ ਦੇ ਵਿੱਚ ਔਰ ਜਲੰਧਰ ਦੇ ਵਿੱਚ ਉਹਨਾਂ ਨੇ ਬਹੁਤ ਰੋਡ ਸ਼ੋਅ ਕੀਤੇ ਆ ਪ੍ਰਦਰਸ਼ਨੀਆਂ ਕੀਤੀਆਂ ਗਿਆ ਸਹੂਲਤਾਂ ਦਿੱਤੀਆਂ ਬੜਾ ਕੁਝ ਕੀਤਾ ਹੈਗਾ ਪਰ ਅੱਜ ਅੱਜ ਜਿਹੜੀ ਜਮਨੀ ਚੋਣਾਂ ਦਾ ਦਿਨ ਆ ਗਿਆ 10 ਜੁਲਾਈ ਦਾ ਔਰ ਇਹ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਜਾਂ ਤਾਂ 6 ਵਜੇ ਤੱਕ ਜਿਹੜੀ ਵੋਟਾਂ ਪੈਂਦੀਆਂ ਰਹਿਣਗੀਆਂ ਔਰ 181 ਬੂਥਾਂ ਤੇ ਹੈ ਪੌਣੇ 2 ਲੱਖ ਦੇ ਕਰੀਬ ਔਰਤਾਂ ਮਰਦ ਜਿਹੜੇ ਹੈਗੇ ਅੱਜ ਆਪਣੀ ਜਮਹੂਰੀਅਤ ਹੱਕ ਦਾ ਫੈਸਲਾ ਕਰਨਗੇ ਕਿ ਕਿੰਨੂੰ ਵੋਟ ਪਾਉਣੀ ਆ ਔਰ ਇਸ ਤੋਂ ਹੀ ਪਤਾ ਲੱਗ ਜੂਗਾ ਕਿ ਅਗਲੀਆਂ ਆਉਣ ਵਾਲੀਆਂ ਜਿੰਨੀਆਂ ਵੀ ਜਿੰਨੀ ਚੋਣਾਂ ਨੇ ਉਹ ਕਿਹੜੀ ਜਿਹੜੀ ਪਾਰਟੀ ਆ ਉਹ ਅੱਗੇ ਲੰਘ ਸਕਦੀ ਆ ਬਹੁਤ ਮਤ ਹਾਸਲ ਕਰ ਸਕਦੀ ਆ ਔਰ ਇਸ ਤੋਂ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਦੁਬਾਰਾ ਇਸ ਪਾਰਟੀ ਦਾ ਜਿਹਦੇ ਵਿੱਚ ਬੀਜੇਪੀ ਦੇ ਹੱਥ ਵਿੱਚ ਲੋਕ ਸਭਾ ਦੇ ਚੋਣਾਂ ਵਿੱਚ ਕੁਝ ਨਹੀਂ ਆਇਆ ਔਰ ਉਸ ਤੋਂ ਬਾਅਦ ਆਕਾਲੀ ਦਲ ਦਾ ਵੀ ਹਾਲ ਇਸ ਤੰਦਾ ਰਿਹਾ ਤੇ ਜੇ ਅਸੀਂ ਸਾਰਿਆਂ ਦਾ ਜ਼ਿਕਰ ਕਰੀਏ ਸਿੰਦਰਕੌਰ ਦੇ ਲਈ ਜਿਹੜੀ ਕਾਂਗਰਸ ਦੇ ਉਮੀਦਵਾਰ ਨੇ ਔਰ ਡਿਪਟੀ ਮੇਅਰ ਵੀ ਨੇ ਔਰ ਉਸ ਤੋਂ ਬਾਅਦ ਚਾਰ ਵਰੀ ਕਾਉਂਸਲਰ ਵੀ ਰਹਿ ਚੁੱਕਿਆ अरुणा ਨੇ ਕੰਮ ਵੀ ਕਾਫੀ ਕੀਤਾ ਹੈ ਪਰ ਜੇ ਗੱਲ ਕਰੀਏ ਲੋਕ ਸਭਾ ਦੇ ਨਿਸਬਤ ਵਿਧਾਨ ਸਭਾ ਦੇ ਜਿੰਨੀ ਚੋਣ ਦੀ ਗੱਲ ਔਰ ਉਹਦੇ ਵਿੱਚ ਜੇ ਅਸੀਂ ਕਹਿੰਦੇ ਸੀ ਕਾਂਗਰਸ ਦਾ ਕਾਂਡੋ ਕੁਲੇਸ਼ ਰਿਆ ਕਾਂਗਰਸ ਲੜਾਈ ਰਹੀ ਹੈ ਬੜਾ ਕੁਝ ਇਹ ਹੈਗਾ ਤੇ ਇਹ ਬਿਲਕੁਲ ਇਥੋਂ ਤੱਕ ਨਹੀਂ ਪਹੁੰਚ ਸਕਦੀ ਪਰ ਜਦੋਂ ਹਾਈ ਕਮਾਂਡ ਨੇ ਹਾਈ ਕਮਾਂਡ ਨੇ ਆਪਣੀ ਇਹਨਾਂ ਦੀ ਜੜੀ ਸਾਰੀ ਕੰਟਰੋਲ ਕੀਤੀ ਸਥਿਤੀ ਨੂੰ ਔਰ ਉਹਦੇ ਵਿੱਚ ਜਲੰਧਰ ਤੋਂ ਲੋਕ ਸਭਾ ਦੀਆਂ ਉਹ ਉਮੀਦਵਾਰ ਸੀ ਜਿਹੜੇ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਬਹੁਤ ਵੱਡੇ ਬਹੁਮਤ ਨਾਲ ਜਿੱਤ ਹਾਸਲ ਕੀਤੀ ਔਰ ਸਚੀ ਜਿੰਕੂ ਜੀ ਵੀ ਬਹੁਤ ਥੱਲੇ ਵੋਟਾਂ ਦੇ ਨਾਲ ਹਾਰੇ ਔਰ ਉਸ ਤੋਂ ਬਾਅਦ ਬਾਕੀ ਜਿਹੜੇ 20 ਸੀਗੇ ਉਮੀਦਵਾਰ ਉਹਨਾਂ ਨੂੰ ਵੀ ਉਥੋਂ ਤੱਕ ਪਹੁੰਚਣ ਦਾ ਜਿਹੜਾ ਹੈਗਾ ਉਹ ਸੁਭਾਗ ਪ੍ਰਾਪਤ ਨਹੀਂ ਹੋਇਆ ਤੇ ਮੇਰਾ ਖਿਆਲ ਹੈ ਕਿ ਐਤਕੀ ਵੀ ਦੇਖੋ ਜੇ ਕਾਂਗਰਸ ਦਾ ਹੀ ਜੇ ਗਿਆ ਆ ਗਿਆ ਤਾਂ ਫਿਰ ਕਿਉਂਕਿ ਜਿਹੜੇ ਆਜਕਲ ਵੋਟਰ ਨੇ ਉਹ ਬਹੁਤ ਖਫਾ ਹੋ ਗਏ ਨਾ ਬਾਕੀ ਪਾਰਟੀਆਂ ਤੋਂ ਔਰ ਮੇਰਾ ਖਿਆਲ ਹੈ ਕਿ ਆਪ ਨਾਲ ਵੀ ਹੁਣ ਥੋੜਾ ਜਿਹਾ ਉਹਨਾਂ ਦੀ ਨਾਰਾਜ਼ਗੀ ਸਾਹਮਣੇ ਆਈ ਆ ਇਸ ਤੋਂ ਨਹੀਂ ਵੋਟਾਂ ਤੋਂ ਔਰ ਵੋਟਾਂ ਤੋਂ ਸਾਨੂੰ ਪਤਾ ਲੱਗਦਾ ਕਿ ਲੋਕ ਥੋੜਾ ਜਿਹਾ ਖਿਸਕ ਰਏ ਇਸ ਪਾਰਟੀ ਤੋਂ ਕਨੀ ਕੁਤਰਾ ਰਹੇ ਆ ਔਰ ਇਹਦੇ ਵਿੱਚ ਭਗਵੰਤ ਮਾਨ ਜੀ ਤੇ ਜਲੰਧਰ ਵਿੱਚ ਆਏ ਔਰ ਇਹਦੇ ਵਿੱਚ ਹੋਰ ਖਫਾ ਹੋਣ ਦੀ ਗੱਲ ਇੱਕ ਹੋਰ ਆ ਗਿਆ ਕਿ ਕੱਲ ਹੀ ਇੱਕ ਗੱਡੀ ਦੇ ਵਿੱਚੋਂ ਕੁਝ ਜੜੀਆਂ ਚੀਜ਼ਾਂ ਫੜੀਆਂ ਗਈਆਂ ਜਿਹਦੇ ਵਿੱਚ ਸ਼ਰਾਬ ਸੀਗੀ ਜਿਹਦੇ ਵਿੱਚ ਸੂਟ ਸੀਗੇ ਜਿਹਦੇ ਵਿੱਚ ਪੈਸੇ ਸੀਗੇ ਉਸ ਗੱਡੀ ਨੂੰ ਸੀਤਲ ਅੰਗਰਾਲ ਜੀ ਨੇ ਤੇ ਕੁਝ ਹੋਰ ਸਾਥੀਆਂ ਨੇ ਉਸ ਗੱਡੀ ਨੂੰ ਕਾਬੂ ਕੀਤਾ ਫਿਰ ਪੁਲਿਸ ਦੇ ਹਵਾਲੇ ਕੀਤਾ ਔਰ ਉਹ ਆਪ ਦੀ ਗੱਡੀ ਨਿਕਲੀ ਔਰ ਦੇਖੋ ਸ਼ਾਸਨ ਤੇ ਬੈਠੇ ਪ੍ਰਬੰਧਕ ਸਾਰਾ ਸੰਭਾਲਣ ਵਾਲੀ ਪ੍ਰਬੰਧ ਸ਼ਾਸਨ ਕਰਨ ਵਾਲੀ ਪਾਰਟੀ ਨਹੀਂ ਇਹ ਕੁਝ ਕੀਤਾ ਹੋਏ ਤੇ ਲੋਕਾਂ ਦੀ ਨਰਾਜ਼ਗੀ ਜ਼ਾਰ ਹੁੰਦੀ ਹੈ ਔਰ ਇਹਦੇ ਵਿੱਚ ਨਰਾਜ਼ਗੀ ਇਸ ਕਰਕੇ ਕੀਤੀ ਲੋਕਾਂ ਨੇ ਕਿ ਸਾਮ ਆਮੋ ਸਾਹਮਣੇ ਹੋ ਗਿਆ ਸਾਰਾ ਕੁਝ ਔਰ ਉਹਦੇ ਵਿੱਚ ਲੋਕਾਂ ਨੇ ਉਹ ਜਿਹੜਾ ਹੈਗਾ ਉਹਨਾਂ ਨੇ ਖਫਾ ਹੋਏ ਇਹਨਾਂ ਨਾਲ ਨਰਾਜ਼ਗੀ ਜ਼ਾਰ ਕੀਤੀ ਮੇਰਾ ਖਿਆਲ ਹੈ ਕਿ ਇਹਨਾਂ ਵੋਟਾਂ ਵਿੱਚ ਹੁਣ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਮੋਰੀ ਬਣਦੀ ਹੈ ਕਿਹੜੀ ਪਾਰਟੀ ਅੱਗੇ ਆਉਂਦੀ ਹੈ ਔਰ ਜਿਆਦਾ ਜਿਹੜਾ ਹੈਗਾ ਮੁਕਾਬਲਾ ਇਸ ਵੇਲੇ ਕਾਂਗਰਸ ਦਾ ਔਰ ਵਿੱਚੇ ਭਾਜਪੀ ਸੀਤ ਰੰਗਰਾਲ ਜੀ ਔਰ ਦੂਜੇ ਪਾਸੇ ਜਿਹੜੇ ਹੈਗੇ ਨੇ ਆਪ ਦੇ ਅ ਉਮੀਦਵਾਰ ਮਹਿੰਦਰ ਪਾਗਜ ਜੀ ਉਹ ਚੁੰਨੀ ਲਾਲ ਪਾਗਜ ਦੇ ਬੇਟੇ ਨੇ ਔਰ ਚੁੰਨੀ ਲਾਲ ਪਾਗਜ ਜੀ ਵੀ ਇੱਥੇ ਮੰਤਰੀ रह ਚੁੱਕੇ ਆ ਔਰ ਬੜੇ ਸੀਨੀਅਰ ਨੇਤਾ ਨੇ ਉਹਨਾਂ ਦੇ ਬੇਟਾ ਜੀ ਹੈ ਔਰ ਵੇਖੋ ਹੁਣ ਜਲੰਧਰ ਦੇ ਵਿੱਚ ਹਮੇਸ਼ਾ ਜਿੰਨੀਆਂ ਵੀ ਚੋਣਾਂ ਹੋਈਆਂ ਫਸਮਾ ਮੁਕਾਬਲਾ ਹੁੰਦਾ ਰਿਹਾ ਔਰ ਲੋਕ ਵੀ ਸਿਆਣੇ ਨੇ ਲੋਕਤੰਤਰ ਦੀ ਜਿਹੜੀ ਨੀਤੀਆਂ ਨੂੰ ਪਛਾਣਦੇ ਨੇ ਔਰ ਲੋਕਾਂ ਨੂੰ ਪਤਾ ਲੱਗਾ ਕਿ ਵੋਟ ਦਾ ਜਿਹੜਾ ਸਹੀ ਹੱਕ ਹੈ ਉਹ ਕਿੰਨੂ ਦੇਣਾ ਜਾਣਾ ਚਾਹੀਦਾ ਔਰ ਦੂਜਾ ਰੁਝਾਨ ਜਿਹੜਾ ਹੈਗਾ ਇੱਥੇ ਪਾਰਟੀਆਂ ਨੂੰ ਬਦਲਨ ਦਾ ਰੁਝਾਨ ਮੇਂ ਪੰਜਾਬ ਵਿੱਚ ਸਾਰੇ ਚਿਰਿਆ ਔਰ ਖਾਸ ਕਰਕੇ ਜਲੰਧਰ ਵਿੱਚ ਵੀ ਰਿਹਾ ਸਚੀ ਰਿੰਕੂ ਜੀ ਵੀ ਪਾਰਟੀ ਬਦਲ ਗਏ ਔਰ ਉਸ ਤੋਂ ਬਾਅਦ ਜਿਹੜੀ ਚੋਣ ਅੱਜ ਹੋ ਰਹੀ ਆ ਇਹ ਵੀ ਸ਼ੀਤ ਰੰਗਰਾਲ ਜੀ ਵੀ ਪਾਰਟੀਆਂ ਬਦਲ ਕੇ ਭਾਜਪਾ ਚ ਜਾ ਗਏ ਔਰ ਉਹਦੇ ਵਿੱਚ ਆਪ ਹੀ ਇਹਨਾਂ ਨੇ ਆਪਣੀ ਪਾਰਟੀ ਛੱਡੀ ਜਦੋਂ ਕਿ ਆਪ ਦਾ ਸ਼ਾਸਨ ਸੀਗਾ ਔਰ ਉਸ ਤੋਂ ਬਾਅਦ ਇਹ ਵੀ ਬਹੁਤ ਖਫਾ ਹੋਏ ਔਰ ਇਹਦੇ ਵਿੱਚ ਇਹਨਾਂ ਨੇ ਆਪਣੀ ਪਾਰਟੀ ਬਦਲਣ ਤੋਂ ਬਾਅਦ ਫਿਰ ਪਾਰਟੀ ਚਾਣ ਦੀ ਥੋੜੀ ਜਿਹੀ ਤਰਕੀਬ ਲੜਾਈ ਪਰ ਉਹ ਨਹੀਂ ਪੂਰੀ ਹੋ ਸਕੀ ਦੂਜੀ ਗੱਲ ਫਿਰ ਆਪਾਂ ਕਾਂਗਰਸ ਦੀ ਜੇ ਗੱਲ ਕਰੀਏ ਤਾਂ ਕਾਂਗਰਸ ਜਿਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਆਦਮੀ ਜਦੋਂ ਕੱਪੜੇ ਬਦਲ ਕੇ ਨਵੀਂ ਪੁਸ਼ਾਕ ਪਾ ਲਿੰਦਾ ਤੇ ਫਿਰ ਉਹਦੇ ਤੇ ਲੋਕਾਂ ਦੀ ਅੰਦਾਜ਼ ਜ਼ਿਆਦਾ ਆ ਜਾਂਦੀਆਂ ਹੁਣ ਇਹਨਾਂ ਨੇ ਕੱਪੜੇ ਬਦਲਣ ਦਾ ਮਤਲਬ ਹੈ ਕਿ ਜਿਹੜੀ ਕਾਂਗਰਸ ਹੈ ਇਹਦੇ ਵਿੱਚੋਂ ਬਹੁਤ ਵੱਡੇ ਆਗੂ ਨੇਤਾ ਚਲੇ ਗਏ ਜਿ ਜੀ ਦੇ ਵਿੱਚ ਸੁਨੀਲ ਜਾਖੜ ਜੀ ਆ ਇਹ ਚਿਕਪਨ ਨੰਮਿੰਦਰ ਸਿੰਘਾ ਜਿਹਦੇ ਵਿੱਚ ਹੋਰ ਵੀ ਜਿਹੜੇ ਹੈਗੇ ਨੇ ਬਾਕੀ ਨੇਤਾ ਜਿਹੜੇ ਇਸ ਪਾਰਟੀ ਨੂੰ ਅਲਵਦਾ ਕਹਿ ਗਏ ਨੇ ਔਰ ਉਸ ਬਾਅਦ ਆ ਜਿਹੜੇ ਬਾਕੀ ਨੇ ਨਵਜੋਤ ਸਿੱਧੂ ਜੀ ਵੀ ਹਟ ਕੇ ਪੂਰੇ ਸਾਹਮਣੇ ਨਹੀਂ ਆਏ ਨਾ ਕਿਤੇ ਉਮੀਦਵਾਰੀ ਉਹਨਾਂ ਨੇ ਜ਼ਾਹਰ ਕੀਤੀ ਆ ਔਰ ਸੁਖਪਾਲ ਖਹਿਰਾ ਜੀ ਉਹ ਵੀ ਹਰ ਗਏ ਔਰ ਉਸ ਤੋਂ ਬਾਅਦ ਇਹ ਪਾਰਟੀ ਦੇ ਜਿਹੜੇ ਪਾਰਟੀ ਦੀ ਕਮਾਂਡ ਸੰਭਾਲੀ ਜਦੋਂ ਬੜਿੰਗ ਰਾਜਾ ਬੜਿੰਗ ਜੀ ਨੇ ਉਸ ਤੋਂ ਬਾਅਦ ਪਾਰਟੀ ਥੋੜੀ ਸਥਿਰ ਹੋ ਗਈ ਸਟੇਬਲ ਹੋ ਗਈ ਉਸ ਦਾ ਸਟੇਬਿਲਟੀ ਦਾ ਇਸ ਤੋਂ ਪਤਾ ਲੱਗਦਾ ਹੈ ਕਿ ਕਿਉਂਕਿ ਇਹਦੇ ਵਿੱਚ ਇਸ ਵੇਲੇ ਜਿਹੜੀ ਵੀ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ 7 ਸੀਟਾਂ ਦੀ ਤੇ ਮੇਰਾ ਖਿਆਲ ਆ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਹ ਫਿਰ ਪਾਰਟੀ ਥੋੜੀ 파ਰੂ ਹੋ ਸਕਦੀ ਆ ਕਿਉਂਕਿ ਲੋਕਾਂ ਦਾ ਨਜ਼ਰੀਆ ਲੋਕਾਂ ਦੀ ਨੀਤੀ ਹੈ ਲੋਕਾਂ ਦਾ ਧਿਆਨ ਹੈ ਜਦੋਂ ਇੱਕ ਪਾਸੇ ਹੋ ਜਾਂਦਾ ਜੇ ਆਪ ਜਿਹੜੀ ਸ਼ਾਸਨ ਕਰ ਰਹੀ ਸਰਕਾਰ ਆ ਆਮ ਆਦਮੀ ਪਾਰਟੀ ਜੇ ਉਹਨੇ ਹੀ ਬੰਨਵੇਂ ਸੀਟਾਂ ਨੂੰ ਹੱਥ ਮਾਰਿਆ ਕਿਉਂਕਿ ਉਦੋਂ ਸਾਰੀਆਂ ਸੀਟਾਂ ਦਾ ਸਾਰੀਆਂ ਪਾਰਟੀਆਂ ਤੋਂ ਲੋਕਾਂ ਦਾ ਰਜ਼ਾਨ ਟੁੱਟ ਗਿਆ ਸੀਗਾ ਲੋਕ ਇਹਨਾਂ ਤੋਂ ਖਫਾ ਹੋ ਚੁੱਕੇ ਸੀਗੇ ਔਰ ਸਾਰੇ ਦਾ ਸਾਰਾ ਵੋਟ ਬੈਂਕ ਇਹਨਾਂ ਨੂੰ ਚਲੇ ਗਿਆ ਹੁਣ ਫਿਰ ਇਹਨਾਂ ਦੀਆਂ ਨੀਤੀਆਂ ਨੂੰ ਵੇਖ ਕੇ ਲੋਕਾਂ ਦਾ ਚੁਕਾ ਬਦਲਦਾ ਜਾ ਰਿਹਾ ਤੁਸੀਂ ਫੇਸਬੁੱਕ ਤੇ ਵੇਖੋ ਟ੍ਰਾਂਸ ਬਾਕੀ ਜੜੀਆਂ ਸੋਸ਼ਲ ਮੀਡੀਆ ਦੀਆਂ ਸਾਧਨ ਨੇ ਉਹਨਾਂ ਤੇ ਜਾ ਕੇ ਦੇਖੋ ਲੋਕ ਆਪਣੇ ਆਪਣੇ ਜਿਹੜੇ ਵਿਚਾਰ ਦਿੰਦੇ ਨੇ ਜਾਂ ਕਮੈਂਟਸ ਦਿੰਦੇ ਨੇ ਉਹ ਵੀ ਤੁਹਾਨੂੰ ਧਿਆਨ ਗੋਚਰੇ ਰੱਖਣੇ ਚਾਹੀਦੀ ਹੈ ਕਿ ਇਸ ਆਪ ਦਾ ਇਸ ਵੇਲੇ ਕੀ ਦਿਸ਼ਾ ਹੈ ਕੀ ਇਹਨਾਂ ਦਾ ਨੀਤੀ ਹੈ ਔਰ ਕੀ ਕੁਛ ਹੈ ਬਹੁਤ ਲੋਕ ਜੋ ਸਾਡੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ ਉਹਨਾਂ ਦੀ ਸਪੀਚ ਤਾਂ ਵੀ ਖਫਾ ਆ ਜਾਂਦੇ ਆ ਉਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਵਿਰੋਧੀ ਪਾਰਟੀਆਂ ਨੇ ਕਿਹਾ ਹੈ ਜਿਹੜਾ ਸਟੇਜ ਦ ਸਟੇਟ ਦੇ ਵਿੱਚ ਡਿਫਰੈਂਸ ਹੈ ਇਹ ਜੁਮਲੇ ਚੁਟਕਲੇ ਹਾਸਾ ਟਟਾ ਨਹੀਂ ਚੱਲਦਾ ਔਰ ਜਿਸ ਦਿਨ ਜਿੰਨੇ ਵੀ ਸਾਡੇ ਮੁੱਖ ਮੰਤਰੀ ਅੱਜ ਤੱਕ ਰਹੇ ਨੇ ਜਾਂ ਜਿੰਨੇ ਵੀ ਪੁਰਾਣੇ ਮੁੱਖ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੀ ਬੋਲਣ ਦੀ ਨੀਤੀ ਉਹਨਾਂ ਦਾ ਮਚਿਉਰਿਟੀ ਉਹਨਾਂ ਦੇ ਸ਼ਬਦਾਵਲੀ ਉਹਨਾਂ ਦਾ ਉਸ ਸੀਟ ਤੇ ਬਹਿ ਕੇ ਬੋਲਣਾ ਜਿਹੜਾ ਲੋਕਾਂ ਲਈ ਬੜਾ ਖੁਸ਼ ਨਮਾਉਂਦਾ ਸੀਗਾ ਔਰ ਇਹਨਾਂ ਦੇ ਜਿਹੜੀ ਗੱਲ ਕਹਿੰਦੇ ਨੇ ਉਹਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਤੋਲ ਤਕਾਂਤ ਜਾਂ ਉਹਦੇ ਵਿੱਚ ਕੋਈ ਵਾਜਬ ਨਹੀਂ ਹੁੰਦੀ ਔਰ ਲੋਕ ਇਸ ਤੋਂ ਵੀ ਨਰਾਜ਼ਗੀ ਜ਼ਾਹਰ ਕਰ ਦਿੰਦੇ ਆ ਉਹ ਕਹਿੰਦੇ ਤਦੇ ਲੋਕ ਕਹਿੰਦੇ ਨੇ ਕਿ ਬਹੁਤਾ ਭਲਾ ਨਾ ਬੋਲਣਾ ਤੇ ਬਹੁਤੀ ਭਲੀ ਨਾ ਚੁੱਪ ਬਹੁਤਾ ਭਲਾ ਨਾ ਮੇਗਲਾ ਤੇ ਬਹੁਤੀ ਭਲੀ ਨਾ ਤੁੱਪ ਐਕਸੈਸ ਹਰ ਚੀਜ਼ ਦੀ ਮਾੜੀ ਹੈ ਕੋਈ ਵੀ ਚੀਜ਼ ਤੁਸੀਂ ਵਾਅਦਾ ਕਰ ਦਿੰਦੇ ਜਿਸ ਚੀਜ਼ ਦਾ ਜਦੋਂ ਚੀਜ਼ ਨੂੰ ਤੁਸੀਂ ਬਹੁਤ ਉੱਪਰ ਲੈ ਜਾ ਲੈਂਦੇ ਜੇ ਉਹਨੂੰ ਉਹ dissatertality sustainability ਨੂੰ ਰੋਕਣ ਲਈ ਰੱਖਣ ਲਈ ਤੁਹਾਨੂੰ ਬੜਾ ਕੁਝ ਕਰਨਾ ਪੈਂਦਾ ਇਹ ਨਹੀਂ ਕਿ ਤੁਸੀਂ ਜਦੋਂ ਗੁੱਡੀ ਅਸਮਾਨ ਤੇ ਚੜ ਜਾਂਦੀ ਹੈ ਤੁਸੀਂ ਫਿਰ ਉਹਨੂੰ ਤੁਣਕਾ ਨਹੀਂ ਲਾਓਗੇ ਤੁਸੀਂ ਚੁੱਪ ਕਰਕੇ ਬਹਿ ਕੇ ਧਾਗਾ ਫੜ ਕੇ ਬਹਿ ਜਾਓਗੇ ਤੇ ਬਿਲਕੁਲ ਉਹ ਜਿਹੜੀ ਤੁਹਾਡੀ ਪਤੰਗਾ ਉਹ ਟੈ ਟੇਰੀ ਥੱਲੇ ਜ਼ਮੀਨ ਤੇ ਆ ਕੇ ਦਿਖ ਸਕਦੀ ਹੈ ਜਾਂ ਬੱਦਰਾਂ ਦੇ ਵਾਹ ਰੋਲਿਆਂ ਵਿੱਚ ਵੀ ਉਹ ਕਿਤੇ ਨਾ ਹੋ ਜਾਂਦੀ ਹੈ ਕਿਵਰੀ ਜਿਹੜੀਆਂ ਪਤੰਗਾ ਲੁੱਟੀਆਂ ਜਾਂਦੀਆਂ ਇਹ ਬੱਚਿਆਂ ਦੀਆਂ ਖੇਡਾਂ ਸੀਗੀਆਂ ਔਰ ਕਦੇ ਵੀ ਇਹ ਵੀ ਲੋਕ ਕਹਿੰਦੇ ਨੇ ਕਿ ਰੇਤਾ ਦੇ ਘਰ ਜਿਹੜੇ ਹੈ ਬਿਲਕੁਲ ਨਹੀਂ ਰੁਕੇ ਰਹਿੰਦੇ ਉਹ ਟੈਰੇ ਟੈਟੇਰੀ ਹੋ ਜਾਂਦੇ ਬਚਪਨ ਵਿੱਚ ਵੀ ਆਪਾਂ ਨੂੰ ਯਾਦ ਆ ਕਿ ਆਪਾਂ ਕਦੇ ਵੀ ਬਰੇਤਾ ਦੇ ਵਿੱਚ ਦਰਿਆਵਾਂ ਦੇ ਨੇੜੇ ਜਾਂ ਨਹਿਰਾਂ ਦੇ ਨੇੜੇ ਜਾ ਕੇ ਜਦੋਂ ਖੇਡਦੇ ਸੀਗੇ ਜਾਂ ਨਹਾਉਂਦੇ ਸੀਗੇ ਤਾਂ ਆਪਾਂ ਪੈਰਾਂ ਦੇ ਵਿੱਚ ਉੱਤੇ ਮਿੱਟੀ ਪਾ ਕੇ ਜਾਂ ਉਸ ਤਰ੍ਹਾਂ ਰੇਤਾ ਦੇ ਘਰ ਬਣਾਉਂਦੇ ਸੀਗੇ ਤਾਂ ਉਹ ਮੁੜ ਕੇ ਜਦੋਂ ਆਪਾਂ ਮੜਾਜ ਹੱਥ ਲਾਉਂਦੇ ਸੀ ਤਾਂ ਪਾ ਮਾਰਦੇ ਸੀ ਤੇ ਡਿੱਗ ਜਾਂਦੇ ਸੀ ਇਹ ਹੈ ਇਸ ਵੇਲੇ ਸਰਕਾਰ ਦੀ ਨੀਤੀ ਵੀ ਔਰ ਇਹ ਹੈ ਲੋਕਾਂ ਦੀ ਸੋਚ ਵੀ ਔਰ ਮੇਰਾ ਖਿਆਲ ਹੈ ਕਿ ਇਸ ਵੇਲੇ ਇਲੈਕਸ਼ਨ ਜੇ ਬੋਟਾਂ ਪੂਰੀਆਂ ਜ਼ੋਰਾਂ ਤੇ ਪੈ ਰੀਆਂ ਔਰ ਉਹਦੇ ਵਿੱਚ ਲੋਕ ਐਸ ਵੇਲੇ ਬੜੀ ਦਿਲਚਸਪੀ ਨਾਲ ਲੱਗੇ ਨੇ ਔਰ ਜਿਹੜਾ ਪਛਮੀ ਜਲੰਧਰਾ ਦੇ ਵਿੱਚ ਉਹ ਪਰਟੀਕੁਲਰ ਇੱਕ ਹਲਕਾ ਕਿਉਂਕਿ ਇਹਦੇ ਵਿੱਚ ਸੱਤ ਹਲਕਾ ਸੀਗੇ ਵਿਧਾਨ ਸਭਾ ਦੇ ਜਿਹੜੀ ਲੋਕ ਸਭਾ ਦੇ ਹੈਗੇ ਔਰ ਉਹਨਾਂ ਦੇ ਵਿੱਚ ਇਹ ਇੱਕ ਵਿਧਾਨ ਸਭਾ ਹੈ ਪਛਮੀ ਉਹਦੇ ਵਿੱਚ ਕੁਝ ਲੋਕ ਨੇ ਜਨਬ ਵਿੱਚ ਪੌਣੇ ਤੋਂ 2 ਲੱਖ ਦੇ ਕਰੀਬ ਵੋਟਰ ਨੇ ਉਹ ਆਪਣੇ ਹੱਕ ਦੀ ਜਿਹੜੀ ਐਸ ਵੇਲੇ ਫੈਸਲਾ ਕਰ ਰਿਹਾ ਹੱਕ ਵੋਟ ਕਾਸਟਿੰਗ ਕਰ ਰਿਹਾ ਔਰ ਉਹਦੇ ਵਿੱਚ ਜਿਹੜੇ ਵੀ ਆਈਡੈਂਟੀਟੀ ਆਈਡੀ ਨੇ ਉਹ ਵੀ ਡੀਸੀ ਸਾਹਮਣੇ ਕਹਿੰਦਾ ਕਿ ਉਹਦੇ ਵਿੱਚ ਕਈ ਵਰੀ ਤੁਹਾਨੂੰ ਕੋ ਆਧਾਰ ਕਾਰਡ ਨਹੀਂ ਹੈਗਾ ਤੁਹਾਨੂੰ ਵੋਟਰ ਕਾਰਡ ਹੈਗਾ ਉਹ ਦੇ ਦਿਓ ਕੋਈ ਵੀ ਆਈਡੀ ਤੁਹਾਡੀ ਉੱਤੇ ਚੱਲ ਸਕਦੀ ਆ ਕਿਉਂਕਿ ਜਿਹੜੇ ਵੋਟਰ ਕਾਰਡ ਬਣੇ ਨੇ ਉਹੀ ਉਹ ਵੀ ਚੱਲਦੇ ਨੇ ਔਰ ਸੁਰੱਖਿਆ ਬਹੁਤ ਸਾਰਾ ਚੰਗੀ ਸੁਰੱਖਿਆ ਹੈ ਕਿਉਂਕਿ ਗਰਮੀ ਹੈ ਪਾਣੀ ਦਾ ਵੀ ਬਹੁਤ ਅੱਛਾ ਪ੍ਰਬੰਧ ਹੈ ਔਰ ਬੈਠਣ ਦਾ ਵੀ ਪ੍ਰਬੰਧ ਹੈ ਪ੍ਰਬੰਧਕ ਵੀ ਬਹੁਤ ਅੱਛੇ ਨੇ ਔਰ ਪਾਰਟੀ ਵੀ ਆਪਣੇ ਤਰੀਕੇ ਨਾਲ ਉੱਤੇ ਪਾਰਦਰਸ਼ਕ तरीके ਨਾਲ ਵੋਟਾਂ ਦਾ ਜਿਹੜਾ ਉਥੇ ਸਿਸਟਮ ਚੱਲ ਰਿਹਾ ਔਰ ਮੇਰਾ ਖਿਆਲ ਹੈ ਕਿ ਫਿਰ ਉਸ ਤੋਂ ਬਾਅਦ 13 ਤਰੀਕ ਨੂੰ ਇਹ ਸਾਰੀਆਂ ਵਧਾਈਆਂ ਹੋ ਜਾਣਗੀਆਂ ਕਿ ਕਿਹੜੀ ਪਾਰਟੀ ਨੂੰ ਬਹੁਮਤ ਮਿਲਿਆ ਔਰ ਮੇਰਾ ਖਿਆਲ ਹੈ ਕਿ ਜੋ ਵੀ ਐਗਜ਼ੈਕਟ ਪੋਲ ਦਸੇਗਾ ਜਾਂ ਉਸ ਤੋਂ ਪਹਿਲਾਂ ਅਖਬਾਰਾਂ ਜਾਂ ਮੀਡੀਆ ਦਸੇਗਾ ਉਹਦੇ ਤੇ ਵੀ ਯਕੀਨ ਕਰਨਾ ਬਣਦਾ ਹੈਗਾ ਕਿ ਸਾਰਿਆਂ ਨੇ ਕੀ ਦੱਸਣਾ ਕੀ ਕਰਨਾ ਹੈਗਾ ਔਰ ਉਹਦੇ ਵਿੱਚ ਪਾਰਟੀ ਕਿਹੜੀ ਅੱਗੇ ਆਉਂਦੀ ਹੈ ਕਈ ਵਾਰੀ ਕਈ ਜਿਹੜੀ ਪ੍ਰੈਡਿਕਸ਼ਨਾਂ ਵੀ ਕਮ ਆ ਜਾਂਦੀਆਂ ਕਿਉਂਕਿ ਲੋਕ ਜਿਹੜੇ ਕੱਲ ਗੱਲ ਕਰਦੇ ਆ ਸਿਆਣੇ ਲੋਕ ਗੱਲ ਕਰਦੇ ਆ ਜਿਹੜੇ ਜਿਹਦੇ ਵਿੱਚ ਦਾਰਸ਼ਨਿਕ ਲੋਕ ਨੇ ਜਾਂ ਜਿਹੜੇ ਸਿਆਸੀ ਪੰਡਤ ਨੇ ਉਹਨਾਂ ਦੀਆਂ ਗੱਲਾਂ ਤੇ ਵੀ ਕਵਰਿੰਗ ਯਕੀਨ ਕੀਤਾ ਪਰ ਦਿਨ ਤਾਂ ਤਿੰਨ ਰਹਿ ਗਿਆ ਉਸ ਤੋਂ ਬਾਅਦ ਸਾਰਾ ਕੁਝ ਤੁਹਾਡੇ ਸਾਹਮਣੇ ਨਜ਼ਰ ਆ ਜਾਣਾ ਕਿਉਂਕਿ ਮੀਡੀਆ ਵੀ ਬੜਾ ਛੇਤੀ ਗੱਲ ਕਰਦਾ ਹੈਗਾ ਔਰ ਬਾਅਦ ਪਤਾ ਲੱਗ ਜਾਂਦਾ ਕਿਉਂਕਿ ਜਲੰਧਰ ਜਿਹੜਾ ਹੈਗਾ ਇਹ ਮੀਡੀਆ ਦਾ ਬਿਲਕੁਲ ਹੱਬ ਹੈਗੀ ਹੈ ਇੱਥੇ ਸਾਰੀਆਂ ਖ਼ਬਰਾਂ ਪ੍ਰਿੰਟ ਮੀਡੀਆ ਇੱਥੇ ਹੈਗਾ ਔਰ ਇਹਦੇ ਵਿੱਚ ਜਿਹੜਾ ਡਿਜੀਟਲ ਮੀਡੀਆ ਟੈਲੀਵਿਜ਼ਨ ਦੂਰਦਰਸ਼ਨ ਰੇਡੀਓ ਔਰ ਬਾਕੀ ਜਿਹੜੇ ਚੈਨਲ ਨੇ ਪ੍ਰਾਈਵੇਟ ਚੈਨਲ ਹੋਰ ਉਹ ਵੀ ਹੈਗੇ ਆ ਔਰ ਅੱਜ ਸਾਰੇ ਚੈਨਲਸ ਦੇ ਅਧਿਕਾਰੀ ਸਾਰੇ ਜਿਹੜੇ ਚੈਨਲ ਦੇ ਕਰਤਾ ਨੇ ਉੱਥੇ ਪਹੁੰਚ ਚੁੱਕੇ ਆ ਔਰ ਇਹਦੇ ਜਰਨਲਿਸਟਸ ਸਾਰੇ ਨੇ ਪਤਕਰਾਰ ਉੱਥੇ ਪਹੁੰਚ ਚੁੱਕੇ ਆ ਔਰ ਬੜੇ ਜੋਸ਼ ਖੁਸ਼ਹਰੋਸ਼ ਨਾਲ ਇਹ ਜਿਹੜਾ ਚੋਣਾਂ ਦਾ ਮਾਮਲਾ ਉਹ ਗੱਵੜ ਰਿਹਾ ਔਰ ਉਹਦੇ ਵਿੱਚ ਵੋਟਰ ਸਾਰੇ ਬੜੀ ਦਿਲਚਸਪੀ ਲੈ ਰਹੇ ਆ ਔਰ ਬਜ਼ੁਰਗ ਲੋਕ ਜਿਹੜੇ ਹੈਗੇ ਉਹ ਵੀ ਜਾ ਰਹੇ ਆ ਕਈ ਵਿਚਾਰੇ 휠체ਰ ਤੇ ਵੀ ਪਹੁੰਚ ਰਹੇ ਉਥੇ ਅਤੇ ਵੇਖੋ ਕਿੰਨਾ ਇਹ ਇੰਟਰਸਟ ਕੇ ਲਈ ਦਿਲਚਸਪੀ ਹਿੰਦੀ ਹੈ ਕਿ ਵੋਟ ਪਾਉਣੀਆਂ ਲੋਕਤੰਤਰ ਸਾਡਾ ਸਵਧਾਨ ਹੈ ਉਹ ਕਹਿੰਦਾ ਕਿ ਆਪਣੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਔਰ ਬੜੇ ਤਰੀਕੇ ਨਾਲ ਲੋਕ ਜਾ ਰਹੇ ਹਨ ਔਰ ਮੇਰਾ ਖਿਆਲ ਹੈ ਕਿ ਐਤ ਕੀ ਇਸ ਜਿਮਨੀ ਚੋਣਾਂ ਦੇ ਵਿੱਚ ਜੜੀਆਂ ਦਾ ਟਿਲ 2027 ਤੱਕ ਰਹੇਗਾ ਜਿਹੜਾ ਵੀ ਇਹ ਵਿਧਾਨ ਸਭਾ ਦਾ ਉਮੀਦਵਾਰ ਚੁਣਿਆ ਜਾਏਗਾ ਉਹ ਵੇਖੋ ਬੜਾ ਚੰਗੇ ਤਰੀਕੇ ਨਾਲ ਲੋਕ ਚੁਗਣਗੇ ਚੁਣਨਗੇ ਔਰ ਜਿਹਦੇ ਨਾਲ ਉਹ ਲੋਕਾਂ ਦੀਆਂ ਸਹੂਲਤਾਂ ਵੱਲ ਵੀ ਧਿਆਨ ਦੇਗਾ ਔਰ ਪੰਜਾਬ ਦੇ ਵਿੱਚ ਜਲੰਧਰ ਤਾਂ ਵੈਸੇ ਤੁਹਾਨੂੰ ਪਤਾ ਐਨਆਰਆਈ ਸ਼ਹਿਰ ਹੈਗਾ ਔਰ ਉਹਦੇ ਵਿੱਚ ਇਹ ਵੀ ਹੈਗਾ ਕਿ ਐਨਆਰਆਈ ਸਿਟੀ ਦੇ ਵਿੱਚ ਸੈਂਟਰਲ ਹਬ ਹੈ ਉਹਦੇ ਵਿੱਚ ਮੀਡੀਆ ਵੀ ਇਹਦੇ ਨਾਲ ਬਿਲਕੁਲ ਆਮੋ ਸਾਹਮਣੇ ਹੁੰਦਾ ਔਰ ਸੈਂਟਰ ਦੇ ਵਿੱਚ ਹੀ ਜਲੰਧਰ ਪੈਂਦਾ ਔਰ ਅੱਜ ਜਿਹੜਾ ਪਛਮੀ ਜਲੰਧਰ ਦੀਆਂ ਇਲੈਕਸ਼ਨ ਨੇ ਔਰ ਸਾਰਿਆਂ ਦਾ ਧਿਆਨ ਉਹਦੇ ਵੱਲ ਆ ਕੇ ਕਿਸ ਤਰ੍ਹਾਂ ਲੋਕ ਆਪਣਾ ਜਿਹੜਾ ਲੋਕਤੰਤਰ ਦਾ ਵਾਜਬ ਹੱਕਾ ਉਹਨੂੰ ਆਪਣਾ ਇਸਤੇਮਾਲ ਕਰ ਰਿਹਾ ਤੇ ਦੂਜਾ ਸੀ ਇਹ ਵੀ ਚਲਾਂਗੇ ਕਿ ਕੀ ਪੰਜਾਬ ਦਾ ਮੰਤਰੀ ਮੰਡਲ ਵਿੱਚ ਜੋ ਰੱਦ ਬਦਲ ਹੁਣ ਜਾ ਰਿਹਾ ਇਹ ਆਪ ਪਾਰਟੀ ਦਾ ਪੁਨਰਗਠਨ ਹੈ ਜਾਂ ਕੀ ਹੈਗਾ ਉਹਦੇ ਵਿੱਚ ਬਹੁਤ ਅਰਥ ਸ਼ਾਸਤਰੀਆਂ ਦੇ ਨਾਲ ਨਾਲ ਜੜੇ ਸਾਡੇ ਸਿਆਸੀ ਪੰਡਤ ਨੇ ਉਹ ਵੀ ਇਸ ਗੱਲ ਤੇ ਗੱਲਬਾਤ ਕਰਦੇ ਨੇ ਕਿ ਇਹ ਮਸਲਾ ਬੜੀ ਧੀਰ ਦਾ ਲਟਕ ਰਿਆ ਸੀਗਾ ਔਰ ਇਹਦੇ ਵਿੱਚ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਦੋਂ ਇਲੈਕਸ਼ਨ ਹੋਈ ਹੈ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਇਹਦਾ ਮੰਥਨ ਕੀਤਾ ਮਤਲਬ ਇਹਦਾ ਐਨਲਿਸਿਸ ਕੀਤਾ ਇਹਦਾ ਵਿਚ ਵਿਚਾਰ ਸਲਿਊਸ਼ਨ ਕੀਤਾ ਔਰ ਪਤਾ ਕੀਤਾ ਕਿ ਆ ਸਾਡੀ ਪਾਰਟੀ ਕਿਉਂ ਥੱਲੇ ਨੂੰ ਜਾ ਰਹੀ ਹੈ ਕੀ ਪ੍ਰੋਬਲਮ ਆ ਗਈ ਕੀ ਸਮੱਸਿਆਵਾਂ ਆਈਆਂ ਔਰ ਇਹਨਾਂ ਨੇ ਖੁਦ ਆਪ ਜਾ ਕੇ ਮੈਨ ਟੂ ਮੈਨ ਡੋਰ ਟੂ ਡੋਰ ਲੋਕਾਂ ਨਾਲ ਗੱਲਬਾਤ ਕੀਤੀ ਜਦੋਂ ਕਿ ਇਹਨਾਂ ਨੇ ਸਹੂਲਤਾਂ ਵੀ ਬਹੁਤ ਅੱਛੀਆਂ ਦਿੱਤੀਆਂ ਨੇ ਪੰਜਾਬ ਵਿੱਚ ਬਿਜਲੀ ਜਿਹੜੀ ਹੈਗੀ ਉਹ ਬਿਲਕੁਲ ਫ੍ਰੀ ਕੀਤੀ ਹੈ 600 ਜਹਟ ਜਿਹੜੇ ਦਿੱਤੇ ਆ ਉਸ ਤੋਂ ਬਾਅਦ ਜਿਹੜੇ ਬਾਕੀ ਇਹਨਾਂ ਨੇ ਡੋਰ ਟੂ ਡੋਰ ਜਿਹੜੇ ਇਹਨਾਂ ਮਹੱਲਾ ਕਲੀਨਿਕ ਬਣਾਉਂਦੇ ਆ ਔਰ ਪਾਣੀ ਦੀ ਸਹੂਲਤ ਜਿਹੜੀ ਉਹ ਵੀ ਦਿੱਤੀ ਹੈ ਜਿਹਦੇ ਵਿੱਚ ਨਹਿਰਾਂ ਖਾਲ ਕਸੀਆਂ ਸੂਏ ਉਹ ਬਿਲਕੁਲ ਸਾਫ਼ ਕਰਕੇ ਉਹਨਾਂ ਚ ਪਾਣੀ ਆ ਰਿਹਾ ਕਿਉਂਕਿ ਚੋਨੇ ਦੀ ਲਗਵਾਈ ਹੋਈ ਸੀ ਉਹ ਚੋਨਾ ਦਾ ਪੂਰੇ ਦਾ ਪੂਰਾ ਚੋਨਾ ਦਾ ਲੱਗ ਗਿਆ ਖੇਤਾਂ ਵਿੱਚ ਔਰ ਉਹਦੇ ਵਿੱਚ ਜਦੋਂ ਕਦੂ ਕਰਦੇ ਆ ਉਹਦੇ ਵਿੱਚ ਬਹੁਤ ਪਾਣੀ ਚਾਹੀਦਾ ਔਰ ਉਹਦੇ ਵਿੱਚ ਪਨੀਰੀ ਜਦੋਂ ਅਸੀਂ ਟ੍ਰਾਂਸਪਰੈਂਟ ਕਰਦੇ ਆ ਖੇਤਾਂ ਵਿੱਚ ਉਦੋਂ ਵਿੱਚ ਵੀ ਪਾਣੀ ਬਹੁਤ ਚਾਹੀਦਾ ਫਿਰ ਉਹਦੇ ਵਿੱਚ ਇਸ ਵੇਲੇ ਇਹ ਹੈਗਾ ਕਿ ਬਾਰਿਸ਼ ਵੀ ਇੰਨੀ ਜ਼ਿਆਦਾ ਨਹੀਂ ਹੋਈ ਔਰ ਭਗਵੰਤ ਮਾਨ ਸਰਕਾਰ ਨੇ ਇਹ ਕਹਤਾ ਕਿ ਅਸੀਂ ਪਾਣੀ ਬੋਹ ਦਿੱਤਾ ਪਰ ਦੂਜੇ ਪਾਸੇ ਜਿੰਨੇ ਨਹਿਰੀ ਪਟਵਾਰੀ ਨੇ ਤਹਿਸੀਲਦਾਰ ਨੇ ਉਹ ਇਸ ਗੱਲ ਤੇ ਖਫਾ ਹੋਏ ਆ ਕਿ ਕਈ ਜ ਰਿਪੋਰਟਾਂ ਸਾਨੂੰ ਝਾਲੀ ਬਣਾਉਣੀਆਂ ਪਈਆਂ ਝਾਲੀ ਦਾ ਮਤਲਬ ਹੈ ਕਿ ਉਹਨਾਂ ਨੇ ਕਹਤਾ ਕਿ 100% ਦੇ ਲੋਕੇ ਸਿੰਚਾਈ ਇਰੀਗੇਸ਼ਨ ਨੇ ਪੰਜਾਬ ਨਹਿਰ ਦੇ ਰਾਈ ਬਹੁਤ ਜ਼ਿਆਦਾ ਜ਼ਿਆਦਾ ਹੋਈ ਆ ਔਰ ਉਹ ਰਿਪੋਰਟਾਂ ਉਹਨਾਂ ਕੋ ਆਈਆਂ ਔਰ ਜਿਹਨਾਂ ਨਹੀਂ ਦਿੱਤੀਆਂ ਕਈਆਂ ਨੂੰ ਸਸਪੈਂਡ ਵੀ ਕੀਤਾ ਕਈਆਂ ਨੂੰ ਮੁਤਲਕ ਕੀਤਾ ਔਰ ਉਹਦੇ ਵਿੱਚ ਇਹ ਰਿਪੋਰਟ ਜਿਹੜੀ ਹੈ ਨਹਿਰੀ ਵਿਭਾਗ ਵੱਲੋਂ ਵੀ ਆਈ ਔਰ ਕਿਸਾਨ ਕੁਝ ਹੱਦ ਤੱਕ ਖੁਸ਼ ਵੀ ਨੇ ਕੁਝ ਨਾਰਾਜ਼ ਵੀ ਹੈ ਔਰ ਨਾਰਾਜ਼ ਇਸ ਕਰਕੇ ਆਗੇ ਕਿ ਜਿਹੜੀ ਐਮਐਸਪੀਸੀ ਦਾਲਾਂ ਤੇ ਔਰ ਗੰਨੇ ਦੇ ਬਕਾਇਦੇ ਜਾਂਦ ਵਿੱਚ ਕਪਾ ਜਿਹਨਾਂ ਦੇ ਸੀ ਚਿੱਟਾ ਇਨਕਲਾਬ ਹੈ ਜਿਹਦੇ ਵਿੱਚ ਜਿਹੜੀ ਕਾਟਨ ਦੀ 벨ਟ ਹੈਗੀ ਹੈ ਇਹ ਸਾਰੇ ਸਾਡੇ ਦਰਸ਼ਕ ਜਾਣਦੇ ਨੇ ਇਹ ਮਾਨਸਾ ਔਰ ਬਠਿੰਡਾ ਦਾ ਔਰ ਉਧਰ ਦੇ ਕਿਸਾਨ ਇਸ ਕਰਕੇ ਨਾ ਖੁਸ਼ ਨਹੀਂ ਕਿ ਇਹਦੇ ਵਿੱਚ ਜੋ ਰੇਟ ਅਸੀਂ ਮੰਗਦੇ ਸੀ ਉਹ ਨਹੀਂ ਦਿੱਤਾ ਗਿਆ ਔਰ ਭਗਵੰਤ ਮਾਨ ਸਰਕਾਰ ਨੇ ਮੋੜਵਾ ਜਵਾਬ ਦਿੱਤਾ ਕਿ ਅਸੀਂ ਐਮਐਸਪੀ ਦੀ ਨਹੀਂ ਲੈਣੀ ਸੈਂਟਰ ਲਊਗਾ ਜਦੋਂ ਕਿ ਸੈਂਟਰ ਨੇ ਤੇ ਦੇਤੀ ਉਹਦੇ ਵਿੱਚ ਕਣਕ ਦਾ ਰੇਟ ਵੀ ਅੱਗੇ ਲਿਆਉਣਾ ਝੋਨੇ ਦਾ ਰੇਟ ਵੀ ਅੱਗੇ ਲੈ ਗਏ ਸੀਗੇ ਦਾਲਾਂ ਦਾ ਵੀ ਲੈ ਗਏ ਸੀਗੇ ਔਰ ਜਿਹਦੇ ਵਿੱਚ ਇਹਨਾਂ ਨੇ ਮੈਨੀਫੈਸਟੋ ਵਿੱਚ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਐਮਐਸਬੀ ਆਪਣੇ ਕੋਲ ਇਨ ਐਡੀਸ਼ਨ ਦਵਾਂਗੇ ਪਰ ਉਹ ਜਿਹੜਾ ਘਟੋ-ਘਟ ਸਮਰਥਨ ਮੋਲਾ ਉਹ ਨਹੀਂ ਦਿੱਤਾ ਗਿਆ ਉਹਦੇ ਵਿੱਚ ਕਿਸਾਨ ਬਿਲਕੁਲ ਨਾਰਾਜ਼ ਹੋ ਗਿਆ ਔਰ ਕਿਸਾਨਾਂ ਦੀ ਜਿਹੜੀ ਹੋਰ ਨਾਰਾਜ਼ਗੀ ਵੀ ਇਸ ਗੱਲ ਤੇ ਸੀ ਕਿ ਜਿਹੜਾ ਸ਼ੁਭਕਰਮਣ ਜਿਹੜਾ ਸੀ ਜਿਹਨੂੰ ਆ ਜੋ ਸ਼ੰਭੂ ਬਾਰਡਰ ਤੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਉਹਦੇ ਵਿੱਚ ਉਹਨਾਂ ਨੂੰ ਕੁਝ ਵੀ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਨਹੀਂ ਸੀ ਦਿੱਤਾ ਗਿਆ ਪਰ ਕੱਲ ਜਦੋਂ ਇਹਨਾਂ ਦੀ ਗਵਰਨਮੈਂਟ ਨਾਲ ਮੀਟਿੰਗ ਹੋਈ ਆ ਉਦ ਵਿੱਚ ਉਹਨਾਂ ਨੂੰ 1 ਕਰੋੜ ਰੁਪਇਆ ਤਾਂ ਉਹਦਾ ਜਿਹੜਾ ਉਹ ਚੈੱਕ ਦਿੱਤਾ ਤਾਂ ਉਹਦਾ ਦੀ ਚੁਕਰਮਨ ਦੀ ਭੈਣ ਨੂੰ ਇੱਕ ਜਿਹੜੀ ਗਵਰਨਮੈਂਟ ਜੌਬ ਦਾ ਅਪੋਇੰਟਮੈਂਟ ਲੈਟਰ ਵੀ ਦੇ ਦਿੱਤਾ ਉਤੇ ਕਿਸਾਨ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਖੁਸ਼ ਹੋ ਗਏ ਕਿ ਇੱਕ ਜਿਹੜਾ ਪਰਿਵਾਰ ਇਸ ਤਰ੍ਹਾਂ ਦਾ ਸੀਗਾ ਔਰ ਉਸ ਮੁੰਡੇ ਨੇ ਆਪਣੀ ਜਵਾਨੀ ਵਿੱਚ ਹੀ ਸ਼ਹੀਦੀ ਦੇ ਦਿੱਤੀ ਇਸ ਅੰਦੋਲਨ ਦੇ ਵਿੱਚ ਔਰ ਉਹਦੇ ਲਈ ਕੁਛ ਨਾ ਕੁਛ ਤੇ ਸਾਨੂੰ ਕਰਨਾ ਚਾਹੀਦਾ ਕਿਉਂਕਿ ਉਹ ਤਾਂ ਨਹੀਂ ਰਿਹਾ ਮੁੰਡਾ ਪਰ ਉਹਨਾਂ ਦਾ ਪਰਿਵਾਰ ਤਾਂ ਉਹਦੇ ਭੈਣ ਭਰਾ ਨੇ ਉਹਨਾਂ ਸਾਰਿਆਂ ਦਾ ਹੈਗਾ ਔਰ ਉਹ ਇਹਨਾਂ ਨੇ ਕੰਮ ਪੂਰਾ ਕਰ ਦਿੱਤਾ ਔਰ ਉਹਦੇ ਵਿੱਚ ਕਿਸਾਨ ਇਸ ਗੱਲ ਤੇ ਬਿਲਕੁਲ ਖੁਸ਼ ਹੋਗੇ ਔਰ ਇਸ ਤੋਂ ਬਾਅਦ ਇਹਨਾਂ ਦਾ ਪੁਨਰਗਠਨ ਹੋਣ ਦਾ ਜਿਹੜਾ ਮਾਮਲਾ ਹੈਗਾ ਉਹ ਇਹ ਹੈਗਾ ਕਿ ਇਹਨਾਂ ਨੇ ਇਸ ਵੇਲੇ ਜਿਹੜੀ ਆਪਣੀ ਵਿਧਾਨ ਸਭਾ ਦੇ ਵਿੱਚ ਮੰਤਰੀ ਮੰਡਲ ਉਹਦੇ ਵਿੱਚ ਰਦੋ ਬਦਲ ਕਰਨਗੇ ਕੁਝ ਮੰਤਰੀ ਜਿਹੜੇ ਉਹਨਾਂ ਤੋਂ ਇਹ ਬਿਲਕੁਲ ਖਫਾ ਨੇ ਜਿੰਨਾਂ ਤੇ ਸ਼ਿਕਾਇਤਾਂ ਆ ਗਈਆਂ ਲੋਕਾਂ ਨੂੰ ਵੀ ਇਹ ਕੰਮ ਕੱਟ ਕਰਦੇ ਆ ਫੰਡਿੰਗ ਇਹਨਾਂ ਕੋਲ ਹੈ ਨਹੀਂ ਗਈ ਔਰ ਪੈਸਾ ਪੈਸਾ ਕਰਦੇ ਆ ਔਰ ਉਹਦੇ ਵਿੱਚ ਜਾਂਦੇ ਅਸੀਂ ਕਰਜ਼ਾਈ ਹੋ ਗਏ ਹਾਂ ਕਈ ਤਰ੍ਹਾਂ ਦੇ ਜਵਾਬ ਦਿੰਦੇ ਆ ਔਰ ਪਿੰਡਾਂ ਦੀਆਂ ਪੰਚਾਇਤਾਂ ਵੀ ਉਹਨਾਂ ਤੋਂ ਨਾਰਾਜ਼ ਨੇ ਔਰ ਉਹਨਾਂ ਦੀ ਨਰਾਜ਼ਗੀ ਨੂੰ ਵੇਖਦੇ ਭਗਵੰਤ ਮਾਨ ਨੇ ਖੁਦ ਆਪ ਜਾ ਕੇ ਸਰਵੇ ਵੀ ਕੀਤਾ ਗਿਆ ਵੀ ਆ ਔਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕਿਉਂ ਨਾ ਇਹਦੇ ਵਿੱਚ ਕੋਈ ਮੰਤਰੀ ਮੰਡਲ ਵਿਚ ਰਦਬਦਲ ਕੀਤਾ ਜਾਵੇ ਇਹਨਾਂ ਨੇ ਮੀਟਿੰਗ ਵੀ ਬੁਲਾਈ ਸੀ ਉਹਦੇ ਵਿੱਚ ਔਰ ਦੂਜੀ ਗੱਲ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਨਸ਼ਾ ਰੁਕੂ ਮਹਮ ਕੈਂਪੇਨ ਆ ਗਿਆ ਉਹ ਚ ਅਸੀਂ ਪੁਲਿਸ ਨਾਲ ਵੀ ਇਹਨਾਂ ਨੇ ਕਿਹਾ ਕਿ ਮੀਟਿੰਗ ਕੀਤੀ ਆ ਪੰਚਾਇਤਾਂ ਨਾਲ ਵੀ ਕੀਤੀ ਆ ਡੋਰ ਟੂ ਡੋਰ ਗਏ ਵੀ ਹੈਗੇ ਆ ਔਰ ਉਸ ਤੋਂ ਬਾਅਦ ਇਹ ਰੁਕਣ ਦਾ ਨਾਂ ਨਹੀਂ ਲਿਆ ਔਰ ਇਹਨਾਂ ਦੇ ਖੁਦ ਇੱਕ ਐਮਐਲਏ ਨੇ ਅਮਰਸਰ ਤੋਂ ਕਹਿ ਸਾਦੀ ਕਿ ਇਹ ਕਹਿਆ ਸੀਗਾ ਕਿ ਸਰਕਾਰ ਜਦੋਂ ਦੀ ਆਈ ਹੈ 23% ਹੋਰ ਵੱਧ ਗਿਆ ਨਸ਼ਾ ਔਰ ਪੁੱਛ ਤੁਸੀਂ ਪਿੰਡਾਂ ਵਿੱਚ ਜਾ ਕੇ ਵੇਖੋ ਵੀਡੀਓ ਕਦੀ ਦੇਖੋ ਸੋਸ਼ਲ ਮੀਡੀਆ ਤੇ ਐਰੋਮਾਰਕ ਕੀਤੇ ਆ ਤੀਰ ਬਣਾਏ ਆ ਕਿ ਚਿੱਟਾ ਇਧਰੋਂ ਮਿਲਦਾ ਔਰ ਦੇਖੋ ਇਸ ਪੰਜਾਬ ਵਿੱਚ ਛੋਟਾ ਜਿਹਾ ਪੰਜਾਬ ਹੈਗਾ ਪੁਲਿਸ ਨੇ ਕੋਈ ਇਸ ਤਰ੍ਹਾਂ ਦਾ ਆਪਣੇ ਵੱਲੋਂ ਸਖਤ ਐਕਸ਼ਨ ਨਹੀਂ ਲਿਆ ਔਰ ਦੇ ਵਿੱਚ ਜਿਹੜੀਆਂ ਵੀ ਬਾਕੀ ਇੰਟੈਲੀਜੈਂਸ ਜਿਹੜੀਆਂ ਸੇਵਾਵਾਂ ਦੇ ਰਹੀਆਂ ਫੋਰਸਾਂ ਨੇ ਜਿਹੜੀਆਂ ਗੁਫੀਆ ਫੋਰਸਾਂ ਨੇ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਕਿੱਥੇ ਕਿੱਥੇ ਕੀ ਹੋ ਰਿਹਾ ਜਿਹੜਾ ਐਸਐਚਓ ਹੁੰਦਾ ਥਾਣੇ ਦਾ ਉਸ ਤੋਂ ਦਾ ਬਾਦਸ਼ਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਕਿੱਥੇ ਕਿੱਥੇ ਕੀ ਹੋ ਰਿਹਾ ਉਹਦੇ ਟੌਟ ਦੇ ਮੁਖਬਰ ਸਾਰਾ ਕੁਝ ਆ ਕੇ ਦੱਸ ਦਿੰਦੇ ਆ ਪਰ ਇਹ ਵੀ ਕੁਝ ਨਹੀਂ ਹੋ ਰਿਹਾ ਔਰ ਕਈ ਇਹਦੇ ਵਿੱਚ ਕਈ ਲੀਡਰਾਂ ਦਾ ਵੀ ਨਾਂ ਲੱਗਾ ਕਈ ਨੇਤਾ ਕਈ ਮੰਤਰੀਆਂ ਦਾ ਨਾਂ ਵੀ ਲੱਗਾ ਕਿ ਉਹ ਨਸ਼ਾ ਵੇਚਦੇ ਨੇ ਨਸ਼ੇ ਵੇਚਣ ਵਾਲਿਆਂ ਦੀ ਹਮਾਇਤ ਕਰਦੇ ਆ ਔਰ ਉਹ ਸਾਰਾ ਕੁਝ ਪਾ ਲਾ ਕੇ ਹੁਣ ਮੁੱਦਾ ਇੱਥੋਂ ਤੱਕ ਪਹੁੰਚ ਗਿਆ ਕਿ ਇਹ ਪੁਨਰਗਠਨ ਆਗੇ ਨਹੀਂ ਪੁਨਰਗਠਨ ਰੀ ਆਰਗੇਨਾਈਜੇਸ਼ਨ ਹੈਗਾ ਦੁਬਾਰਾ ਤੌਰ ਤੇ ਜਿਹੜੀਆਂ ਮੈਂਕ ਵਿੱਚ ਪੋਰਟਫੋਲੀਓ ਬਦਲੇ ਜਾਣਗੇ ਉਹਦੇ ਵਿੱਚ ਜਿਹੜੇ ਕੁਝ ਐਮਐਲਏ ਆ ਉਹਨਾਂ ਦੀ ਵੀ ਕਿਸਮਤ ਪੂਰੀ ਖੁੱਲੇਗੀ ਉਹਨਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈਗਾ ਕੋਈ ਕਹੇ ਜੇ ਇਹਨਾਂ ਨੂੰ 22 ਸਾਲ ਦੇ ਕਰੀਬ ਹੋ ਗਿਆ ਤੇ 30 ਸਾਲ ਦਾ ਜੇ ਰਹਿੰਦੇ ਵੀ ਇਹਨਾਂ ਦੇ ਪਰ ਉਹਨਾਂ ਦੇ ਵਿੱਚ ਜੇ ਅੱਧਾ ਸਮਾਂ ਬੀਤਣ ਦੇ ਬਾਅਦ ਵੀ ਲੋਕ ਖੁਸ਼ ਨਹੀਂ ਹੋਏ ਤੇ ਮੇਰਾ ਖਿਆਲ ਫਿਰ ਖੁਸ਼ ਇਹਨਾਂ ਨੇ 5 ਸਾਲਾਂ ਦੇ ਐਂਡ ਤੇ ਜਾ ਕੇ ਹੋਣਾ ਕੋਈ ਭਗਵੰਤ ਮਾਨ ਖੁਦ ਇਹਨਾਂ ਨੇ ਬਹੁਤ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਆਵੀ ਦੇ ਦਾਂਗਾ ਉਹ ਵੀ ਕਰ ਲਾਂਗੇ ਜਿਹੜੇ ਪਿੰਡਾਂ ਦੀ ਜਿਹੜੀ ਨਹਿਾਰ ਬਦਲ ਲਾਂਗੇ ਔਰ ਜਿਹੜੇ ਪਿੰਡਾਂ ਦੇ ਰਾਹ ਪੱਕੇ ਕਰ ਦਾਂਗੇ ਸੜਕਾਂ ਦਾ ਹਾਲ ਵੇਖੋ ਖੱਡੇ ਪਏ ਟੁੱਟੀਆਂ ਪਈਆਂ ਸੜਕਾਂ ਨੂੰ ਕੁਝ ਨਹੀਂ ਹੋਇਆ ਦੂਜੀ ਗੱਲ ਇਹਨਾਂ ਦੀ ਹੈਗੀ ਆ ਕਿ ਜਿਹੜਾ ਵੀ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਮੁੰਡੇ ਇੱਥੇ ਪੜ੍ਹਦੇ ਸੀਗੇ ਜਾਂ ਬੇਰੁਜ਼ਗਾਰ ਸੀਗੇ ਉਹਨਾਂ ਬੱਚਿਆਂ ਨੂੰ ਕੋਈ ਵੀ ਚੰਗੇ ਤਰੀਕੇ ਨਾਲ ਜੌਬ ਨਹੀਂ ਮਿਲੀ ਇਹਨਾਂ ਨੇ ਕਹਤਾ ਕਿ ਅਸੀਂ ਬਹੁਤ ਜੌਬ ਦਿੱਤੀਆਂ ਉਹਨਾਂ ਨੂੰ ਬੇਸਿਕਲੀ ਜਿਹੜਾ ਸਕੇਲ ਬਣਦਾ ਉਹ ਨਹੀਂ ਦਿੱਤਾ ਗਿਆ ਠਾਕ ਪੋਸਟਾਂ ਕੱਢੀਆਂ ਗਈਆਂ ਜਿ ਵਿੱਚ ਕੁਝ ਪੁਲਿਸ ਦੀਆਂ ਵੀ ਆ ਜਿਹਦੇ ਵਿੱਚ ਟੀਚਿੰਗ ਦੀਆਂ ਵੀ ਆ ਗਈਆਂ ਜਿਦੇ ਵਿੱਚ ਬਾਕੀ ਮਹਿਕਮਾ ਦੀਆਂ ਵੀ ਹੈਗੀਆਂ ਪਰ ਮੁੰਡਿਆਂ ਦਾ ਜਿਹੜੇ ਨੌਜਵਾਨ ਨੇ ਉਹਨਾਂ ਦਾ ਇੱਕ ਵੱਡਾ ਇਹਨਾਂ ਤੇ ਜਿਹੜਾ ਰੋਸ ਹੈਗਾ ਜਾਂ ਨਾਰਾਜ਼ਗੀ ਹੈਗੀ ਉਹ ਕਹਿੰਦੇ ਬਾਹਰਲੇ ਸੂਬਿਆਂ ਦੇ ਬੱਚਿਆਂ ਨੂੰ ਵੀ ਇੱਥੇ ਜੌਬ ਦਿੱਤੀ ਜਾ ਰਹੀ ਹੈ ਜਿੱਦੇ ਜਿੱਦੇ ਬਿਜਲੀ ਬੋਰਡ ਹੈਗਾ ਜਿੱਦੇ ਜਿੱਦੇ ਟੀਚਿੰਗ ਹੈਗੀ ਆ ਜਿਹਦੇ ਵਿੱਚ ਨੈਰੀ ਮਹਿਕਮਾ ਹੈਗਾ ਔਰ ਬਹੁਤ ਮਹਿਕਮਿਆਂ ਜਿਹਦੇ ਵਿੱਚ ਰਾਜਸਥਾਨ ਜਿਹਦੇ ਵਿੱਚ ਹਮਾਦਰ ਜਿਹਦੇ ਵਿੱਚ ਹਰਿਆਣਾ ਦੇ ਮੁੰਡੇ ਇੱਥੇ ਕੰਮ ਕਰ ਰਹੇ ਆ ਔਰ ਮੇਰੇ ਖਿਆਲ ਆ ਕਿ ਸਾਨੂੰ ਤਾਂ ਚਾਹੀਦਾ ਕਿ ਅਸੀਂ ਉਹਨਾਂ ਕੀ ਹੀ ਚਾਦਰ ਪਸਾਰੀਏ ਉਹਨਾਂ ਦੇ ਪੈਰ ਅੱਗੇ ਲੈ ਕੇ ਜਿਨ੍ਹਾਂ ਦੀ ਚਾਦਰ ਹੈਗੀ ਆ ਔਰ ਸਾਨੂੰ ਇਹ ਨਹੀਂ ਚਾਹੀਦਾ ਕਿ ਅਸੀਂ ਵੱਡੀ ਚਾਦਰ ਲੈ ਕੇ ਔਰ ਦੂਸਰੇ ਸੂਬਿਆਂ ਦੇ ਬੱਚਿਆਂ ਨੂੰ ਇੱਥੇ ਨੌਕਰੀਆਂ ਦਈਏ ਚਲੋ ਬੱਚੇ ਤਾਂ ਨੌਜਵਾਨ ਸਾਂਝੇ ਹੁੰਦੇ ਆ ਪਰ ਅਸੀਂ ਆਪਣੇ ਪਹਿਲੋਂ ਪ੍ਰਾਇੋਰਟੀ ਜਿਹੜੀ ਪਹਿਲ ਦੇਣੀ ਬਣਦੀ ਹੈ ਉਹ ਸਾਡੇ ਆਪਣੇ ਲੋਕਲ ਨੌਜਵਾਨਾਂ ਨੂੰ ਔਰ ਨੌਜਵਾਨ ਸੋ ਵਿਚਾਰੇ ਬਾਹਰ ਵੀ ਹਰਾਂ ਕੱਤ ਰਹੇ ਬਾਹਰ ਪੱਜ ਰਹੇ ਇਸ ਕਰਕੇ ਕਿ ਇੱਥੇ ਬੇਰਜ਼ਗਾਰੀ ਹੈ ਇੱਥੇ ਨਸ਼ਾ ਹੈ ਇੱਥੇ ਸਾਰਾ ਜਿਹੜੀ ਗਰੀਬੀ ਹੈ ਇੱਥੇ ਸਾਰਾ ਜੋ ਸੁਹੂਲਤਾਂ ਨੂੰ ਚਾਹੀਦੀਆਂ ਉਹ ਨਹੀਂ ਮਿਲੀਆਂ ਸਰਕਾਰ ਤੇ ਇਹਨਾਂ ਦੀਆਂ ਤੋਹਮਤਾਂ ਨੇ ਔਰ ਮੇਰਾ ਖਿਆਲ ਆ ਇਹਨਾਂ ਨੂੰ ਆਪਣੀ ਜਿਹੜੀ ਮੰਤਰੀ ਮੰਡਲ ਆ ਪੁਨਰਗਠਨ ਔਰ ਇਹਦੇ ਵਿੱਚ ਰਦੋ ਬਦਲ ਕਰਨਾ ਚਾਹੀਦਾ ਹੀ ਹੈਗਾ ਜੋ ਇਹਨਾਂ ਨੇ ਐਲਾਨ ਕੀਤਾ ਹੈਗਾ ਔਰ ਇਹ ਸਾਰਾ ਐਲਾਨ ਉਹ ਦੇਖੋ ਕਿਥੋਂ ਤੱਕ ਇੰਪਲੀਮੈਂਟ ਹੁੰਦਾ ਇਸ ਕਰਕੇ ਇਨਾਨ ਹੋ ਰਿਹਾ ਕਿਉਂਕਿ ਸਰਕਾਰ ਦੀ ਸਥਿਰਤਾ ਨਹੀਂ ਰਹੀ ਔਰ ਸਰਕਾਰ ਦੀ ਸਟੇਬਿਲਟੀ ਨਹੀਂ ਰਹੀ ਉਹਦੇ ਇਹਦੇ ਵਿੱਚ ਭਗਵੰਤ ਮਾਨ ਜੋ ਜਿੱਥੇ ਜਿੱਥੇ ਕੱਲੇ ਜਾਂਦੇ ਆ ਉਹ ਕਈ ਜਗ੍ਹਾ ਮੰਤਰੀਆਂ ਨੂੰ ਪੁੱਛਦੇ ਵੀ ਨਹੀਂ ਕੱਲੇ ਕਰ ਦਿੰਦੇ ਸਾਰਾ ਕੁਝ ਔਰ ਤੀਜਾ ਇਹਨਾਂ ਕੋਲ ਗਲਤੀ ਹੋ ਗਈ ਸੀ ਜਿਹੜੀ ਇਹਨਾਂ ਨੇ ਜਦੋਂ ਲੋਕ ਸਭਾ ਚੋਣਾਂ ਹੋਈਆਂ ਪੰਜ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਸੀ ਜਦੋਂ ਕਿ ਖੁਦ ਉਹ ਗੱਡੀ ਤੇ ਬੈਠੇ ਆ ਉਹਨਾਂ ਨੂੰ ਦੋ ਗੱਡੀਆਂ ਦੀ ਕੀ ਲੋੜ ਸੀਗੀ ਔਰ ਦੂਜੇ ਪਾਸੇ ਇਹਨਾਂ ਦਾ ਇਹ ਮਨਛਾ ਸੀਗਾ ਕਿ ਇਹ ਇਹਨਾਂ ਨੇ ਕੰਮ ਕੀਤਾ ਹੈਗਾ ਪੰਜਾਬ ਦੇ ਵਿੱਚ ਸਹੂਲਤਾਂ ਦਿੱਤੀਆਂ ਤੇ ਇਹ ਜੇਤੂ ਹੋ ਸਕਦੇ ਆ ਜਦੋਂ ਕਿ ਲੋਕਾਂ ਨੇ ਉਹਨਾਂ ਨੂੰ ਨੱਕ ਤੇ ਨਹੀਂ ਚੜਾਇਆ ਔਰ ਉਹ ਬਿਲਕੁਲ ਉਹਨਾਂ ਨੂੰ ਹਾਰ ਦਾ ਮੂਮ ਵੇਖਣਾ ਪਿਆ ਜੱਤ ਵਾਲੇ ਪਾਸੇ ਨਹੀਂ ਗਏ ਔਰ ਇਸੇ ਕਰਕੇ ਉਹਨਾਂ ਨੂੰ ਚੁੰਗੇ ਵਿੱਚ ਤਿੰਨ ਸੀਟਾਂ ਹੀ ਆਈਆਂ ਔਰ ਦੂਜੀ ਜਿਹੜੀ ਗੱਲ ਹੈਗੀ ਆ ਕਿ ਇਹਦੇ ਨਾਲ ਨਾਲ ਲੱਗਦਾ ਬਾਕੀ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਵੀ ਜਿਹੜੀ ਸਥਿਤੀ ਡਾਵਾਂਡੋਲ ਰਹੀ ਆ ਅਕਾਲੀ ਦਲ ਦਾ ਤੁਹਾਨੂੰ ਪਤਾ ਕਿ ਐਸ ਤਰ੍ਹਾਂ ਕੀ ਦੁਰਦਸ਼ਾ ਹੈਗੀ ਆ ਹੁਣ ਉਹਨਾਂ ਦੇ ਵਿੱਚ ਵੀ ਦੋ ਗਰੁੱਪ ਬਣ ਗਏ ਇੱਕ ਬੀਬੀ ਜ਼ਗੀਰ ਕੋਹਰਾ ਉਹਦੇ ਚੋਂ ਢਿੰਸਾ ਗਰੁੱਪ ਹੈ ਗਿਆ ਔਰ ਉਹਦੇ ਵਿੱਚ ਰਣਜੀਤ ਸਿੰਘ ਭਰਮਪੁਰਾ ਜੀ ਸੀਗੇ ਔਰ ਸੇਵਾ ਸਿੰਘ ਜਿਹੜੇ ਸੇਖਵਾਂ ਜੀ ਸੀਗੇ ਔਰ ਪੁਰਾਣੇ ਜਿਹੜੇ ਵੱਡੇ ਦਿਖਦ ਨੇਤਾ ਸੀਗੇ ਉਹ ਇਹਨਾਂ ਤੋਂ ਨਾਰਾਜ਼ਗੀ ਜ਼ਾਹਰ ਕਰ ਰਹੀ ਸੀਗੇ ਔਰ ਉਸ ਤੋਂ ਬਾਅਦ ਸੁਖਵੀਰ ਬਾਦਲ ਜੀ ਜਿਹੜੇ ਹੈਗੇ ਉਹ ਪ੍ਰਧਾਨਗੀ ਦੀ ਕੁਰਸੀ ਨਹੀਂ ਸੀ ਛੱਡਣਾ ਚਾਹੁੰਦੇ ਪਰ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਜੇ ਜੋ ਲੋਕ ਚਾਹੁੰਦੇ ਨੇ ਉਹ ਤਰੀਕੇ ਨਾਲ ਅਕਾਲੀ ਦਲ ਦੀ ਹੋਂਦ ਨੂੰ ਬਚਾ ਲੈਣਾ ਚਾਹੀਦਾ ਸੀ ਪਰ ਅਜੇ ਵੀ ਉਹਨਾਂ ਦੇ ਜਿਹੜੇ ਆਗੂ ਉਹਨਾਂ ਤੋਂ ਥੋੜੇ ਜਿਹੜੇ ਖੁਸ਼ ਹੋ ਗਏ ਔਰ ਉਹਨਾਂ ਨੇ ਉਹਨਾਂ ਦੀ ਪਾਰਟੀ ਤੋਂ ਪ੍ਰਧਾਨਗੀ ਬਦਲ ਲਈ ਦਿੱਤਾ ਨਹੀਂ ਕਿਹਾ ਉਹਨਾਂ ਨੂੰ ਔਰ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਇਹਦੇ ਵਿੱਚ ਇਹਦਾ ਮੰਤਨ ਹੋਣਾ ਚਾਹੀਦਾ ਇਹਦੇ ਵਿੱਚ ਮੈਂਟੂਮੈਨ ਮਿਲਣਾ ਚਾਹੀਦਾ ਹੈਗਾ ਆਉਣ ਵਾਲੀਏ ਇਲੈਕਸ਼ਨ ਵਿੱਚ ਵੀ ਇਹਨਾਂ ਨੂੰ ਇਸ ਗੱਲ ਤੇ ਜਿਹੜੇ ਹੈਗੇ ਆ ਉਹ ਧਿਆਨ ਦੇਣਾ ਚਾਹੀਦਾ ਹੁਣ ਇਸ ਵੇਲੇ ਜਲੰਧਰ ਦੀ ਜਿਹੜੀ ਸਥਿਤੀ ਹੈ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਅਕਾਰਿ ਦਾਦਾ ਕੋਈ ਸਿੱਧੇ ਤੌਰ ਤੇ ਨੇਤਾ ਹੀ ਹੈ ਨਹੀਂ ਔਰ ਬੀਬੀ ਸਰਜੀਤ ਕੌਰ ਨੂੰ ਸੀਗਾ ਉਹਦੇ ਪਿੱਛੋਂ ਵੀ ਇਹਨਾਂ ਨੇ ਕਹਿਤਾ ਵੀ ਕੋਈ ਜਿਹੜਾ ਹੈਗਾ ਜਿਹੜਾ ਸਾਡਾ ਚੋਣ ਨਿਸ਼ਾਨ ਹੈਗਾ ਤੱਕੜੀ ਅਸੀਂ ਉਹਨਾਂ ਦੇ ਲਈ ਉਹ ਨਿਚੋਣ ਨਿਸ਼ਾਨ ਨਹੀਂ ਦੇ ਰਹੇ ਐ ਔਰ ਉਹਨਾਂ ਦੇ ਉੱਤੇ ਵੋਟਾਂ ਦੇ ਜਿਹੜੇ ਨਿਸ਼ਾਨ ਨਹੀਂ ਲੱਗਣਗੇ ਔਰ ਬੀਬੀ ਇਸ ਗੱਲ ਤੇ ਖਫਾ ਹੋ ਕੇ ਆਪੇ ਚਲੇ ਗਏ ਔਰ ਆਪੇ ਚ 6 ਘੰਟੇ ਰਹਿ ਜਾਂ ਉਸ ਬਾਅਦ ਜਿਹੜੇ ਆਗੂ ਨੇ ਜਿਹੜੇ ਪੁਰਾਣੇ ਨੇਤਾ ਨੇ ਦਜੇ ਧੜੇ ਦੇ ਉਹਨਾਂ ਨੇ ਮਨਾ ਲਿਆ ਔਰ ਉਹਨਾਂ ਨੇ ਫਿਰ ਵਾਪਸ ਲੈਂਦਾ ਬੀਬੀ ਸਰਜੀਤ ਕੌਰ ਨੂੰ ਔਰ ਹੁਣ ਚੋਣ ਲੜ ਰਹੇ ਨੇ ਪਰ ਉਹਨਾਂ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਹੈ ਗਈਆ ਕਿ ਪੂਰੀ ਡਾਵਾ ਡੋਲੀ ਹੈਗੀ ਆ ਅਕਾਲੀ ਦਲ ਦੀ ਪਰ ਇਹਦਾ ਫਾਇਦਾ ਕਿਨੂੰ ਹੋ ਰਿਹਾ ਕਾਂਗਰਸ ਨੂੰ ਫਾਇਦਾ ਹੋ ਰਿਹਾ ਇਹਦਾ ਫਾਇਦਾ ਆਪ ਨੂੰ ਹੋ ਰਿਹਾ ਜਿਹੜੀਆਂ ਥੋੜੀਆਂ ਜਿਹਾ ਲੋਕਾਂ ਦੇ ਧਿਆਨ ਦੇ ਵਿੱਚ ਹੈਗੀਆਂ ਔਰ ਮੇਰਾ ਖਿਆਲ ਹੈ ਕਿ ਜਿੱਥੇ ਅਸੀਂ ਗੱਲ ਆਉਣਾ ਚਾਹੁੰਦੇ ਆ ਔਰ ਮੌਜੂਦਾ ਸਰਕਾਰ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਖਾਸ ਤੌਰ ਤੇ ਆਪਣੀ ਪਾਰਟੀ ਦਾ ਪੁਨਰਗਠਨ ਕਰਨਾ ਚਾਹੀਦਾ ਔਰ ਮੈਨ ਟੂ ਮੈਨ ਡੋਰ ਟੂ ਡੋਰ ਜਾਣਾ ਚਾਹੀਦਾ ਜਾਹੇ ਹਨੇ ਲੱਖ ਸਹੂਲਤਾਂ ਦਿੱਤੀਆਂ ਜਾਣ ਪ੍ਰੈਕਟੀਕਲੀ ਉੱਥੇ ਉਹ ਸਹੂਲਤਾਂ ਨਹੀਂ ਪਹੁੰਚੀਆਂ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆ ਜਿਹੜੇ ਮਹੱਲਾ ਕਲੀਨਿਕ ਨੇ ਉਹ ਮਹੱਲਾ ਕਲੀਨਿਕ ਨਾਂ ਦੇ ਕਲੀਨਿਕ ਬਣ ਗਿਆ ਤੁਸੀਂ ਜਿਹੜੇ ਸਾਡੇ ਦਰਸ਼ਕ ਸੁਣ ਰਹੇ ਨੇ ਪ੍ਰੋਗਰਾਮ ਵੇਖ ਰਹੇ ਉਹਨਾਂ ਨੂੰ ਪਤਾ ਹੈਗਾ ਕਿ ਉੱਥੇ ਕੀ ਸਹੂਲਤਾਂ ਹੈਗੀਆਂ ਡਾਕਟਰ ਲੱਭਦੇ ਨਹੀਂ ਉੱਥੇ ਨਾ ਸਾਨੂੰ ਲੱਭਦੀਆਂ ਨੇ ਉੱਥੇ ਦਵਾਈਆਂ ਹੈ ਨਹੀਂ ਉਹਨਾਂ ਕੋਲ ਉਹ ਕਿਨਾਂ ਨੂੰ ਇੰਨੀ ਜਿਹੜੀ ਵੱਡੀ ਵੱਡਾ ਵਿਸਤਾਰ ਨਾਲ ਗੱਲ ਜਿਹੜੀ ਸੁਲਤਾਨ ਨਹੀਂ ਕਰਨੀ ਚਾਹੀਦੀ ਪੈਨੋ ਬਜਟ ਵੇਖ ਲੈਂਦੇ ਕਿਉਂਕਿ ਡਾਕਟਰ ਜਿਹੜੇ ਨੇ ਖਾਸ ਤੌਰ ਤੇ ਪਿੰਡਾਂ ਚ ਜਾਣ ਤੋਂ ਗੁਰੇਜ਼ ਕਰਦੇ ਆ ਨਰਸਾਂ ਗੁਰੇਜ਼ ਕਰਦੀਆਂ ਪਿੰਡਾਂ ਚ ਨਹੀਂ ਜਾਂਦੇ ਪ੍ਰੈਕਟੀਕਲਸ ਆਰ ਤੇ ਜੇ ਉਹਨਾਂ ਨੂੰ ਵੱਡੀ ਜੌਬ ਮਿਲਦੀ ਹੈ ਜਦੋਂ ਉੱਥੇ ਗਵਰਨਮੈਂਟ ਦੀ ਜੌਬ ਹੁੰਦੀ ਹੈ ਤਾਂ ਉਹ ਦਿਨ-ਦਿਨ ਜਾਂਦੇ ਆ ਕਦੇ ਜਾਂਦੇ ਕਦੇ ਨਹੀਂ ਜਾਂਦੇ ਪਿੰਡਾਂ ਚ ਜਾਣ ਤੋਂ ਉਹ ਚਿਜਕਦੇ ਆ ਔਰ ਇਸੇ ਕਰਕੇ ਹੀ ਇਹ ਮੱਲਾ ਕਲੀਨਿਕ ਇਹਨਾਂ ਦੇ ਪੂਰੇ ਦੇ ਪੂਰੇ ਜਿਹੜੇ ਆ ਉੱਥੋਂ ਤੱਕ ਨਹੀਂ ਪਹੁੰਚ ਸਕਿਆ ਜਿੱਥੋਂ ਤੱਕ ਇਹ ਪਹੁੰਚਾਉਣਾ ਚਾਹੁੰਦੇ ਸੀਗੇ ਬਾਕੀ ਦੀ ਐਜੂਕੇਸ਼ਨ ਦੀ ਗੱਲ ਐਜੂਕੇਸ਼ਨ ਵਿੱਚ ਜੋ ਚਾਹੁੰਦੇ ਸੀਗੇ ਇਹਨਾਂ ਨੇ ਜਿੰਨੇ ਟੀਚਰ ਸੀਗੇ ਹੈਡ ਟੀਚਰ ਪ੍ਰਿੰਸੀਪਲ ਉਹ థਾਈਲੈਂਡ ਬਾਹਰਲੇ ਦੇ ਚਾਂਟ ਜੌਕਲੈਂਡ ਔਰ ਆਸਟ੍ਰੇਲੀਆ ਬਾਹਰਲੇ ਦੇਸ਼ਾਂ ਵਿੱਚ ਭੇਜੇ ਸੀਗੇ ਸਿੰਗਾਪੁਰ ਟ੍ਰੇਨਿੰਗ ਲਈ ਉਹ ਟ੍ਰੇਨਿੰਗ ਲੈ ਕੇ ਆ ਗਿਆ ਹੁਣ ਮੇਰਾ ਖਿਆਲ ਹੈ ਸਾਡੇ ਦਰਸ਼ਕ ਇਸ ਗੱਲ ਨੂੰ ਸੁਣ ਰਹੇ ਆ ਦੇਖ ਰਹੇ ਆ ਕਿ ਕਿੰਨੀ ਕੀ ਜਿਹੜੀ ਐਜੂਕੇਸ਼ਨ ਚ ਸੁਧਾਰ ਹੋ ਗਿਆ ਕਿੰਨੀ ਇੰਪਰੂਵਮੈਂਟ ਹੋ ਗਈ ਕਿੰਨੇ ਕਰਿਕੂਲਮ ਕਿੰਨੇ ਸਿਲੇਬਸ ਬਦਲੇ ਗਏ ਕਿ ਕਿਤਾਬਾਂ ਬਦਲੀਆਂ ਗਈਆਂ ਬੱਚੇ ਸਾਡੇ ਕੀ ਫਿਰ ਵੀ ਪ੍ਰਾਈਵੇਟ ਸਕੂਲਾਂ ਚ ਬੱਚੇ ਜਾ ਰਹੇ ਆ ਹੁਣ ਜਦੋਂ ਪ੍ਰਾਈਵੇਟ ਸਕੂਲਾਂ 'ਚ ਬੱਚੇ ਜਾਣਗੇ ਤੇ ਖਰਚਾ ਜ਼ਿਆਦਾ ਹੈਗਾ ਉੱਥੇ ਜ਼ਿਆਦਾ ਤੋਂ ਜ਼ਿਆਦਾ ਬਜਟ ਜ਼ਿਆਦਾ ਔਰ ਉਹ ਸਾਰੇ ਆਂਦੇ ਮਾਪੇ ਨਹੀਂ ਸਹਾਰ ਸਕਦੇ ਸਰਕਾਰੀ ਸਕੂਲਾਂ ਦੇ ਹੀ ਲੋਕ ਪਹਿਲੇ ਪੜ੍ਹੇ ਨੇ ਜਿਹੜੇ ਆਈਐਸ ਨੇ ਆਈਪੀਐਸ ਆ ਜਿਹੜੇ ਵੀ ਬਰਗੇਡੀਅਰ ਨੇ ਜਨਰਲ ਨੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਗਏ ਸੀ ਉਦੋਂ ਤਾਂ ਤੇ ਹੁਣ ਦਾ ਕਿੰਨਾ ਕੁ ਫਰਕ ਪੈ ਗਿਆ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਇੱਕ ਤਰ੍ਹਾਂ ਦੀ ਐ ਐਜੂਕੇਸ਼ਨ ਸ਼ਾਪ ਨੇ ਔਰ ਇਹਨਾਂ ਵਿੱਚ ਜਾ ਕੇ ਬੱਚੇ ਨੂੰ ਪੜਾਉਣਾ ਇੰਨੀ ਫੀਸ ਆ ਇਹਨਾਂ ਦੇ ਮਨ ਚਾਈ ਫੀਸ ਹੁੰਦੀ ਹੈ ਔਰ ਯੂਨੀਫਾਰਮ ਜੜੀਆਂ ਉਹ ਚ ਵੀ ਕਮਿਸ਼ਨ ਹੁੰਦਾ ਸ਼ੂਜ਼ ਜਿਹੜੇ ਆ ਉੱਤੇ ਵੀ ਦਿੰਦੇ ਆ ਜਰਾਬਾ ਲੈਣੀ ਉਹ ਚ ਕਮਿਸ਼ਨ ਆ ਬਾਕੀ ਦੁਕਾਨਾਂ ਵਾਲਿਆਂ ਨਾਲ ਇਹਨਾਂ ਦੀ ਗੰਢ ਸੱਟ ਹੁੰਦੀ ਹੈ ਔਰ ਮੇਰਾ ਖਿਆਲ ਹੈ ਬੜੀ ਜਿਹੜੀ ਗੱਲ ਹੈਗੀ ਆ ਜਿਹੜੇ ਮਾਪੇ ਵਿਚਾਰੇ ਗਰੀਬ ਨੇ ਜਿਹੜੇ ਜਿਨ੍ਹਾਂ ਦੀ ਸੂਰਤਾਂ ਆਰਥਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਦੀ ਗੱਲ ਵਾਜਬ ਨਹੀਂ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਜੇ ਐਜੂਕੇਸ਼ਨ ਠੀਕ ਨਹੀਂ ਹੈਗੀ ਜਿੱਥੇ ਬੱਚੀਆਂ ਕੁੜੀਆਂ ਨਹੀਂ ਪੜ ਸਕਦੀਆਂ ਮੁੰਡੇ ਨਹੀਂ ਪੜ ਸਕਦੇ ਫਿਰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਇਮਾਰਤਾਂ ਬਹੁਤ ਜਗ੍ਹਾ ਤੇ ਐਨਆਰਆਈ ਵੀਰਾਂ ਨੇ ਇਮਾਰਤਾਂ ਬਣਾਈਆਂ ਉਥੇ ਸਕੂਲ ਸੋਹਣੇ ਬਣਾ ਕੇ ਦਿੱਤੇ ਉਥੇ ਸਕੂਲਾਂ ਦੇ ਵਿੱਚ ਫਰਨੀਚਰ ਦਿੱਤਾ ਕਿਤਾਬਾਂ ਦਿੱਤੀਆਂ ਅੱਜ ਵੀ ਐਨਆਰਆਈ ਵੀਰ ਕਰ ਰਿਹਾ ਉਹਨਾਂ ਨਾਲ ਵੀ ਇਹਨਾਂ ਨੂੰ ਗੱਲਬਾਤ ਕਰਕੇ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ ਤੇ ਉਹਨਾਂ ਕੋਲ ਸਹੂਲਤਾਂ ਲੈ ਲੈਣੀਆਂ ਇੱਥੇ ਦੀਆਂ ਮੇਰਾ ਖਿਆਲ ਤਦ ਹੀ ਇਹਨਾਂ ਦਾ ਜਿਹੜਾ ਪੁਨਰਗਠਨ ਹੈ ਉਹ ਵਾਜਬ ਹੋਏਗਾ ਔਰ ਉਹਦੇ ਵਿੱਚ ਲੋਕ ਸਹੂਲਤਾਂ ਤੋਂ ਖੁਸ਼ ਹੋ ਜਾਣਗੇ ਔਰ ਇਹ ਪੁਨਰਗਠਨ ਵਿੱਚ ਇਹਨਾਂ ਨੂੰ ਚਾਹੀਦਾ ਕਿ ਸੋਚ ਸਮਝ ਕੇ ਕਰਨਾ ਔਰ ਸਲਾਹਕਾਰ ਵੀ ਰੱਖਣਾ ਆਪਣੇ ਜਿਹੜੇ ਸਲਾਹਕਾਰ ਇੱਥੋਂ ਦੇ ਜੰਗੇ ਪੜ੍ਹੇ ਲਿਖੇ ਨੇ ਔਰ ਜਿਹੜੇ ਜਿਹੜੇ ਵਾਈਸ ਚਾਂਸਲਰ ਨੇ ਜਾਂ ਕੋਈ ਪ੍ਰੋਫੈਸਰ ਨੇ ਜਾਂ ਕਿ ਵਿਦਿਆਨੂ ਜਾਣਦੇ ਨੇ ਹਰ ਫੀਲਡ ਦੇ ਇਕ ਬੰਦਾ ਲੈਣਾ ਚਾਹੀਦਾ ਮੀਡੀਆ ਚੋਂ ਵੀ ਲੈਣਾ ਚਾਹੀਦਾ ਔਰ ਤਾਂ ਇਹਨਾਂ ਨੂੰ ਉਹਦੇ ਵਿੱਚੋਂ ਐਜੂਕੇਸ਼ਨ ਤੋਂ ਲੈਣਾ ਚਾਹੀਦਾ ਔਰ ਉਹਦੇ ਵਿੱਚੋਂ ਜਿਹੜੇ ਵੀ ਲਾਅ ਜਾਣਦੇ ਨੇ ਐਡਵੋਕੇਟ ਵੀ ਹੋਣੇ ਚਾਹੀਦੇ ਡਿਫਰੈਂਟ ਜਿਹੜੇ ਪ੍ਰੋਫੈਸ਼ਨ ਨੇ ਉਹਨਾਂ ਦੇ ਸਾਰਿਆਂ ਨੂੰ ਯੂਨਾਈਟ ਕਰਕੇ ਸਲਾਹ ਲੈਣੀ ਚਾਹੀਦੀ ਆ ਕੱਲਾ ਇਕਤ ਦੋ 11 ਹੋ ਜਾਂਦੇ ਆ ਇਸ ਕਰਕੇ ਭਗਵੰਤ ਮਾਨ ਜੀ ਨੂੰ ਕੱਲਿਆਂ ਨੂੰ ਨਹੀਂ ਸੋਚਣਾ ਚਾਹੀਦਾ ਸਾਰਿਆਂ ਨਾਲ ਮਿਲ ਕੇ ਚਾਹੀਦਾ ਕਿ ਪੰਜਾਬ ਵਿੱਚ ਕੀ ਸਮੱਸਿਆਵਾਂ ਨੇ ਪਿੰਡਾਂ ਦੀਆਂ ਸਮੱਸਿਆਵਾਂ ਕੀ ਨੇ ਸ਼ਹਿਰਾਂ ਦੀਆਂ ਸਮੱਸਿਆਵਾਂ ਕੀ ਨੇ ਐਨ ਆਰ ਆਈ ਵੀਰਾਂ ਦੀਆਂ ਸਮੱਸਿਆਵਾਂ ਕੀ ਨੇ ਜਵਾਨਾਂ ਦੀਆਂ ਬੱਚਿਆਂ ਦੀਆਂ ਕੀ ਸਮੱਸਿਆਵਾਂ ਨੇ ਸਾਂਝੇ ਤੌਰ ਤੇ ਉਹਨਾਂ ਨੂੰ ਜੇਥ ਲੈਣਾ ਚਾਹੀਦਾ ਹੈ ਔਰ ਹੁਣ ਅਸੀਂ ਇਸ ਗੱਲ ਤੇ ਆਉਨੇ ਆ ਕਿ ਹੁਣ ਅਸੀਂ ਦਿੱਲੀ ਦੀ ਗੱਲ ਕਰਦੇ ਆ ਉਹ ਵੀ ਪੰਜਾਬ ਨਾਲ ਜੁੜਦੀ ਹੈਗੀ ਆ ਕਿ ਸ਼ਰਾਬ ਘਟਾਲੇ ਮਾਮਲੇ 'ਚ ਅਦਾਲਤ ਵੱਲੋਂ ਕੇਜਰੀਵਾਲ ਨੂੰ ਮੁਰ ਸਮਣ ਜਾਰੀ ਕਰ ਦਿੱਤੇ ਗਏ ਔਰ ਇਹ ਸਮਣ ਜੜੇ ਹੈ ਗਿਆ ਇਸ ਤਰ੍ਹਾਂ ਹੋਇਆ ਕਿ ਪਹਿਲੋਂ ਇਹਨਾਂ ਨੂੰ ਸੀਬੀਆਈ ਨੇ ਕੀਤਾ ਸੀਗਾ ਕੰਟਰੋਲ ਵਿੱਚ ਸੀਬੀਆਈ ਨੇ ਇਹਨਾਂ ਤੇ ਬਹੁਤ ਜਿਹੜੇ ਜੁਡੀਸ਼ੀਅਲ ਰਿਮਾਂਡ ਰੱਖੇ ਸੀਗੇ ਔਰ ਉਹ ਸ਼ਿਰਮਾਂਡ ਦੇ ਵਿੱਚ ਇਹਨਾਂ ਨੇ ਕਈ ਡੇਟਾ ਬਦਲਦੇ ਰਹੇ ਔਰ ਇਲੈਕਸ਼ਨ ਡੂਰਿੰਗ ਇਲੈਕਸ਼ਨ ਕੇਜੂਲ ਸਾਹਿਬ ਆਏ ਸੀਗੇ ਔਰ ਇਹ ਇੱਕ ਕੇਜੂਲ ਜੀ ਜਿਹੜੇ ਸੁਪਰੀਮੋ ਨੇ ਪਾਰਟੀ ਦੇ ਔਰ ਇਹਦੇ ਵਿੱਚ ਇਹਨਾਂ ਨੇ ਪੰਜਾਬ ਨਾਲ ਵੀ ਬੜਾ ਰਾਬਤਾ ਰਿਹਾ ਇਹਨਾਂ ਦਾ ਭਗਵੰਤ ਮਾਨ ਜੀ ਨਾਲ ਮਿਲ ਕੇ ਜਾਂਦੇ ਸੀ ਸਟੇਟ ਦੇ ਵਿੱਚ ਜਾਂਦੇ ਸੀਗੇ ਔਰ ਬਾਹਰਲੇ ਸੂਬਿਆਂ ਵਿੱਚ ਜਾਂਦੇ ਸੀ ਕਿਉਂਕਿ ਨੈਸ਼ਨਲ ਪਾਰਟੀ ਬਣ ਗਈ ਹੈ ਨੈਸ਼ਨਲ ਪਾਰਟੀ ਨਾਲ ਇਹਨਾਂ ਦਾ ਜੁੜਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਪੜ੍ਹੇ ਲਿਖੇ ਨੇ ਆਈਐਸ ਅਫੀਸਰ ਨੇ ਔਰ ਥੋੜੇ ਜਿ ਸਿਹਤ ਵੱਜੂ ਥੋੜੇ ਜਿ ਇਹਨਾਂ ਦੀ ਮੰਦੀ ਹੈਗੀ ਹੈ ਸਿਹਤ ਵੀ ਖਰਾਬ ਹੈ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਔਰ ਇਹਨਾਂ ਨੂੰ ਇਸ ਵੇਲੇ ਸਮਨ ਫਿਰ ਜਾਰੀ ਹੋ ਗਿਆ ਔਰ ਇਹਨਾਂ ਦੇ ਵਿਪਤਾ ਤੇ ਵਿਪਤਾ ਪਈ ਜਾ ਰਹੀ ਹੈ ਹੁਣ ਵੇਖੋ ਅੱਗੇ ਕੀ ਬਣਦਾ ਕਿਉਂਕਿ ਕੋਰਟ ਦੇ ਕੰਮ ਹੈਗੇ ਕੋਰਟ ਨੇ ਕੀ ਕਰਨਾ ਡਿਸਾਈਡ ਕੀ ਕਰਨਾ ਜੱਜ ਬੈਠੇ ਨੇ ਉੱਥੇ ਉਹਨਾਂ ਨੇ ਡਿਸਾਈਡ ਕੀ ਕਰਨਾ ਔਰ ਮੇਰਾ ਖਿਆਲ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਜੋ ਵੀ ਅ ਮੁੱਦਈ ਮਾਮਲੇ ਸੀ ਉਹਨਾਂ ਨੂੰ ਵੇਖਿਆ ਔਰ ਸੁਣਿਆ ਔਰ ਮੇਰਾ ਖਿਆਲ ਹੈ ਤੁਸੀਂ ਆਪਣੇ ਉਸੇ ਤਰ੍ਹਾਂ ਦੇ ਕਮੈਂਟ ਦਿਓ ਪ੍ਰੋਗਰਾਮ ਨੂੰ ਵੇਖੋ ਔਰ ਸ਼ੇਅਰ ਕਰੋ ਸਾਰਿਆਂ ਨਾਲ ਔਰ ਮੇਰਾ ਖਿਆਲ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਸ਼ੁਕਰੀਆ ਧੰਵਾਦ ਸਤ ਸ੍ਰੀ ਅਕਾਲ